वाहगुरु सपना
तुमरी शरण तुम्हारी आशा तुम ही सजन सुहेले राखो राखनहार दे अल्लाह नानक धर के गोले जुगो जुगा टल छतर चवर तख्तां दे मालक दसा पातशाहियां दी आत्मक जोत हाजर हजूर जाहर जहूर सर्व कला भरपूर समुची कायनात दे सांझे रहबर समुचे धर्मां दी सरोत दसा पातशाहियां दी आत्मक जोत धन धन श्री गुरु ग्रंथ साहिब महाराज जी दे पावन पवित्र चरणा विच सज बैठी जुड़ बैठी गुरु सवारी गुरु प्यारी गुरु खालसा साध संगत जी आओ एक बार सारी संगत फेर करो कृपा प्यार ते सत्कार दा सबूत देंदे होए और दासरिया नूं कुछ कहण दा बल बख्शदे होए दोवें हाथ जोड़ के चढ़दी कला दे नाल गुरफतेह दी सांझ पा के धनवादी बनाओ सारी संगत गज के आखो जी वाहिगुरु जी का खालसा वाहिगुरु जी की फतेह। भाई गुरदास जो सिख कौम दे महान विद्वान जिन्हां नूं सिख कौम दे वेद व्यास जी कहा जांदा आ उन्हां नूं समर्पित उन्हां दी महान करनी नूं समर्पित और दसवें पातशाह गुरु गोबिंद सिंह महाराज द्वारा चलाई दमदमी टकसाल जिन्हां दे पहले मुखी सिरलथ योधे सूरबीर बचन के बली शहीद बाबा दीप सिंह जी उस टकसाल दे समूह महापुरखां नूं समूह धर्मी योधिआं नूं याद करदे होए ਇਹ ਮਹਾਨ ਸਮਾਗਮ ਉਲੀਕਿਆ ਗਿਆ ਜਿਸ ਦੇ ਅੰਦਰ ਜਿੱਥੇ ਆਪ ਇਲਾਕੇ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਉੱਥੇ ਆਸਟ੍ਰੇਲੀਆ ਔਰ ਯੂਕੇ ਈਸਟ ਲੰਡਨ ਦੀਆਂ ਸੰਗਤਾਂ ਵੱਲੋਂ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਬਹੁਤ ਸ਼ਲਾਘਾਯੋਗ ਉਦਮ ਕਰਦੇ ਹੋਏ ਤਨ ਮਨ ਧਨ ਦੇ ਨਾਲ ਸੇਵਾ ਨਿਭਾਉਂਦੇ ਹੋਏ ਇਹਨਾਂ ਸਮਾਗਮਾਂ ਦੇ ਵਿੱਚ ਆਪਣੀ ਸੇਵਾ ਕੀਤੀ ਆ ਤੇ ਆਪ ਸੰਗਤਾਂ ਉਸ ਸੇਵਾ ਨੂੰ ਹੋਰ ਜ਼ਿਆਦਾ ਫਲੀਪੂਤ ਕਰਦੇ ਹੋਏ ਬੜੇ ਵੱਡੇ ਇਕੱਠ ਵਿੱਚ ਠਾਠਾ ਮਾਰਦੇ ਇਕੱਠ ਦੇ ਰੂਪ ਦੇ ਵਿੱਚ ਸੰਗਤ ਵਿੱਚ ਜੁੜ ਬੈਠੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਨ। ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਗਏ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ ਭਾਵਨੀ ਭਗਤ ਪਾਏ ਕੋਟੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ। ਦੱਸ ਰਿਹਾ ਤੋਂ ਪਹਿਲਾਂ ਕੌਮ ਦੀ ਮਾਏ ਨਾਲ ਸ਼ਖਸੀਅਤਾਂ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਰਹੀਆਂ ਸਨ। ਅਤੀ ਸਤਿਕਾਰਯੋਗ ਸਿੰਘ ਸਾਹਿਬ ਦਲ ਬਾਬਾ ਵਿਧੀ ਚੰਦ ਉਹਨਾਂ ਦੇ ਮੌਜੂਦਾ ਮੁਖੀ ਸਤਿਕਾਰਯੋਗ ਸਿੰਘ ਸਾਹਿਬ ਜਹੇਦਾਰ ਬਾਬਾ ਅਵਤਾਰ ਸਿੰਘ ਜੀ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਗਏ ਨੇ। ਸਤਿਕਾਰਯੋਗ ਅਤਿ ਸਤਿਕਾਰਯੋਗ ਗੁਰੂ ਕੇ ਪਿਆਰੇ ਗਿਆਨੀ ਜੀ ਬਲਵੀਰ ਸਿੰਘ ਜੀ ਯੂਕੇ ਵਾਲੇ ਜਿਨ੍ਹਾਂ ਦੇ ਹੁਕਮ ਸਦਕਾ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ ਉਹਨਾਂ ਨੇ ਹਾਜ਼ਰੀ ਭਰੀ ਹੈ ਬਹੁਤ ਪਿਆਰ ਭਰੇ ਵਚਨ ਆਪਾਂ ਨੂੰ ਸਰਵਣ ਕਰਾਏ ਨੇ। ਭਾਵੇਂ ਦੱਸਦਾ ਕਰੀਬ 8 ਵਜੇ ਇੱਥੇ ਸਮੇਤ ਜਥੇ ਪਹੁੰਚ ਗਿਆ ਸੀ ਕਮਰੇ ਵਿੱਚ ਬੈਠੇ ਸਾਰਾ ਪ੍ਰੋਗਰਾਮ ਸਰਵਣ ਕੀਤਾ ਸਾਰੇ ਗੁਰੂ ਕੇ ਪਿਆਰਿਆਂ ਦੇ ਵਚਨ ਸੁਣੇ ਨੇ। ਉਪਰੰਤ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ USA ਵਾਲੇ ਉਹਨਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਨਾਲ ਸਾਨੂੰ ਜੋੜਿਆ ਹੈ ਗੁਰਮਰਿਆਦਾ ਔਰ ਅੰਮ੍ਰਿਤ ਦੀ ਦਾਤ ਦੀ ਵਿਸ਼ੇਸ਼ਤਾ ਸਾਨੂੰ ਦੱਸੀ ਹੈ। ਬੜੀ ਖੁਸ਼ੀ ਹੁੰਦੀ ਹੈ ਜਦੋਂ ਦੀਵਾਨਾਂ ਦੇ ਵਿੱਚ ਜਿੱਥੇ ਬਜ਼ੁਰਗ ਔਰ ਉਹਦੇ ਨਾਲ ਨਾਲ ਨੌਜਵਾਨਾਂ ਦੇ ਦਰਸ਼ਨ ਹੁੰਦੇ ਨੇ। ਨੌਜਵਾਨ ਕੌਮ ਦਾ ਭਵਿੱਖ ਹੈ ਜਿਹੜੀ ਨੌਜਵਾਨੀ ਇਤਿਹਾਸ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜ ਜਾਂਦੀ ਹੈ ਉਸ ਨੌਜਵਾਨੀ ਦੇ ਸਹਾਰੇ ਕੌਮ ਸਦਾ ਬੁਲੰਦੀਆਂ ਤੇ ਜਾਂਦੀ ਹੈ। ਨੌਜਵਾਨ ਕੌਮ ਦੀ ਰੀੜ ਦੀ ਹੱਡੀ ਹੋਇਆ ਕਰਦੇ ਨੇ ਜੇ ਰੀੜ ਦੀ ਹੱਡੀ ਮਜ਼ਬੂਤ ਹੋਵੇ ਤੇ ਸਾਰਾ ਸਰੀਰ ਬੈਲੈਂਸ ਵਿੱਚ ਰਹਿੰਦਾ ਆ। ਬੜਾ ਦੁੱਖ ਆਉਂਦਾ ਆ ਜਦੋਂ ਨੌਜਵਾਨ ਇੱਧਰ ਉੱਧਰ ਘੁੰਮਦੇ ਨਜ਼ਰ ਆਉਂਦੇ ਨੇ ਤੇ ਦੀਵਾਨਾਂ ਵਿੱਚ ਕੇਵਲ ਬਜ਼ੁਰਗ ਹੀ ਨਜ਼ਰ ਆਉਂਦੇ ਨੇ। ਸਦਕ ਸਜਦਾ ਹੈ ਉਹਨਾਂ ਨੂੰ ਬਜ਼ੁਰਗਾਂ ਨੂੰ ਵੀ ਜਿਹੜੇ ਆ ਕੇ ਜੁੜੇ ਨੇ ਪਰ ਨੌਜਵਾਨ ਜੁੜੇ ਨੇ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੈ ਕਿਉਂਕਿ ਬਜ਼ੁਰਗਾਂ ਦੀ ਵੀ ਇਹੀ ਭਾਵਨਾ ਹੁੰਦੀ ਹੈ ਕਿ ਸਾਡੇ ਬੱਚੇ ਵੀ ਸਿੱਖੀ ਦੇ ਨਾਲ ਜੁੜਨ। ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਨ। ਪ੍ਰਸੰਗ ਚੱਲ ਰਿਹਾ ਹੈ ਅੰਮ੍ਰਿਤ ਦਾ
और बचन कर रहे सन भी कई कहते भी अमृत उन्हां वास्ते जरूरी है भी जिन्हों का मन नहीं साफ हुणे बाबा जी बचन कर रहे सन ना कई दलील देंदे ने भी जिन्हां दा मन साफ है उन्होंने अमृत छकण की ही लोड़ है पर एक किन्नी वड्डी ये साड़ी ये जड़ी है साड़ी कमजोरी कह लईए जे मैं शब्द बेवकूफी बरतने तो मैनू माफ कर दिओ पर बरतना पै गया कारण क्योंकि अमृत की दात का मतलब पता की है एक महीना लगातार आप कोई काम से गए हाँ नौकरी से गए हाँ लगातार आप हर रोज ड्यूटी दे रहे हैं हर रोज आप नेम नाल अपनी जिम्मेवारी निभा रहे हैं तो महीने के आखिरी दिन ज महीने के अगले वो अगले दिन जो महीना पूरा हो जाए तो साढ़े अकाउंट के तनखा ना ना आए तो अं लड़ पेंदे मालिक नाल भी सानू तनखा नहीं दिते इस महीने की पर किन्नी वड्डी गल है भी अही कहिंदे पाठ ते करना आ सेवा दे करनी आ बदने नाल ही सर जाना आ जिहड़ी दात है जिहड़ी सेवा करके सिमरन करके मिलती है वह दात लेनी नहीं अमृत नहीं लेना फिर इनू की आखांगे आपां अमृत दे दात है साहब कहिंदे ने सुर नर मुण जन अमृत खोज दे सो अमृत गुर ते पाया पाया अमृत गुर कृपा किन्नी सच्चा मन वसाया यह अमृत उन्होंने मिलता जिन्हों के मन साफ ने गंदे मन वाले नूं ते अमृत मिलता ही नहीं उहदे गुरु चरणा तक पहुंचता ही नहीं मन जिन्हां दे साफ जिन्हां ने आपा गुरु नूं पेश कीता भाई दया सिंह वर्गे ओए उन्हां नूं अमृत मिलिया जिन्हां ने इस धरती ते जन्म लैके ते बाजां वाले चरणा दे विच बाजां वाले पातशाह दे चरणा जाके फरियाद कीती साहिबा मैनू अपनी क्लास में दाखला दे दिओ साहब कहिंदे साडी क्लास में दाखला लैण वास्ते पता किन्नी फीस लगती है महाराज जी किन्नी कु लगती है विद्वान कहिंदे ने बाजां वाले आ तेरे स्कूल अंदर मैं ते सुनिया सी लगदी फीस कोई ना सोबा सुन के मैं दाखल होण आया देने पैणगे 20 ते 30 कोई ना तू ऐसी जग ते काय मिसाल कीती जिहदी दुनिया ते करदा रीस कोई ना झाती मारी मैं जदों जमात अंदर पढ़न वालों दे धड़ां ते फीस कोई ना इत्थे सीस दी फीस लगती है सीस की है फीस है सिंगन की रीस आओ इस गली सीस तली ते टिकाएक है ते बाबा जी ने दिता आओ मैं सब तो पहला इस पाक पवित्र धरती नूं सजदा करा जिस धरती ने शहीदां नूं जन्म दिता यह इलाका ही गुरु की रहमत दे नाल नवाजिया होया है इसे ही धरती से बाबा बिधी चंद बहादुर वर्गे सुर सिंह नगर में पैदा हुए इसे ही धरती से मेरे वड्डे बजुर्ग बाबे मेरे वड्डे वडेरे बाबा नाथ मल जी ते अब्दुल्ला जी जिन्हां ने ढाडी परंपरा नूं सिख स्टेजां ते माण प्राप्त कराया धन गुरु हरगोबिंद साहिब दी कृपा दे पात्र बने ओह वी सुर सिंह नगर दे आल जस्सा सिंह रामगढ़िया रामगढ़िया मिसल दे जथेदार उन्हां दा पिछोकर भी सुर सिंह नगर नाल संबंध रखदा आ इह इलाका जिस इलाके ने बहादुरां नूं जन्म दिता किते भाई तारू सिंह वर्गे जिन्हां ने सिर जावे ते जावे मेरा सिखी सिदक ना जावे नाले पढ़िया ते नाले कमाया भाई तारा सिंह जी वां वर्गे जिन्हां ने खड़कधारी होण दा ते नाले संत ते नाले सिपाही होण दा सबूत दिता नाले बहादुरां दी तरह जंग भी कीती ते नाले हसदे हसदे शहीदियां भी प्राप्त कीती धरती जिस धरती ने बहादुर पैदा किए पापी मसे रंगड़ दा सिर वड्ढण वाले बहादुर सुखा सिंह ते महताब सिंह जी माड़ी कमो वाले मैं किस किस दा नाम लिया इतिहास भरिया पे है साध संगत जी मैं कोई बेनती करा ये धरत नहीं कमजोरां दी ये देश नहीं बीमारां दा ये बहादुरां दी धरती है पहुविंद दी धरती नूं सजदा करन लगे हां इसे धरती से 1682 ईस्वी जनवरी महीने अंदर भाई भगतू जी दे घर माता जीवनी जी दे उधर तो बाबा दीप सिंह जी ने जन्म लिया आओ इस पहुविंद दी धरती नूं पारस दा ढाडी जत्था सजदा कर रहा है बाबा दीप सिंह इस पाक पवित्र धरती से पैदा हे क्या होए ने जी
ਸਾਹਿਬਾਂ ਦੇ ਪਾਵਨ ਪਵਿੱਤਰ ਚਰਨਾਂ ਦੀ ਹਾਜ਼ਰੀ ਭਰਦੇ ਗੁਰੂ ਕੀ ਸੰਗਤਾਂ ਨੂੰ ਮਾਨ ਸਤਿਕਾਰ ਭੇਜਿਆ ਜਾ ਰਿਹਾ। ਮਰ ਬਰਕਤ ਪਾਣ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਧਰਤੀ ਤੇ ਜਨਮ ਧਾਰਨ ਕੀਤਾ। ਭਾਈ ਭਗਤੂ ਜੀ ਦੇ ਘਰ ਮਾਤਾ ਜਿਉਣੀ ਜੀ ਦੇ ਉਧਰ ਤੋਂ ਪੰਡਿਤ ਤੁਲਸੀਦਾਸ ਜੀ ਕਹਿੰਦੇ ਨੇ ਜਨਨੀ ਜਗਤ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਬਾਂਝ ਰਹੇ ਗਾਹੇ ਗਵਾਵੇ ਨੂਰ। ਪਰ ਬਾਬਾ ਦੀਪ ਸਿੰਘ ਵਿੱਚ ਵੇਖੀਏ ਤਿੰਨੇ ਗੁਣ ਨਜ਼ਰ ਆਉਂਦੇ ਨੇ, ਉਹ ਭਗਤ ਵੀ ਨੇ, ਉਹ ਦਾਤੇ ਦਾਨੀ ਵੀ ਨੇ ਤੇ ਉਹ ਸਤ ਸੰਗਤ ਜੀ ਸੂਰਮੇ ਬਹਾਦਰ ਵੀ ਨੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਪਿਆਰੇ ਬਣੇ। ਜਦੋਂ ਥੋੜੇ ਜਿਹੇ ਹੋਏ ਹੋਸ਼ ਸੰਭਾਲੀ, ਬਚਪਨ ਤੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ ਪਰਿਵਾਰ। ਸਿਆਣੇ ਵਿਦਵਾਨਾਂ ਦਾ ਕਹਿਣਾ ਜਿਹੜੀ ਮਾਂ ਜੁੜੀ ਆ ਉਹਦਾ ਬੱਚਾ ਵੀ ਜੁੜ ਜਾਂਦਾ ਆ, ਜਿਹੜੀ ਮਾਂ ਹੀ ਨਹੀਂ ਜੁੜੀ ਉਹਦੇ ਬੱਚੇ ਦੀ ਜੁੜਨ ਦੀ ਕੀ ਆਸ ਹੈ। ਕੱਲ ਸਮੁੱਚੇ ਵਰਲਡ ਦੇ ਵਿੱਚ ਵੂਮਨ ਡੇ ਮਨਾਇਆ ਗਿਆ, ਮਹਿਲਾ ਦਿਵਸ ਮਨਾਇਆ ਗਿਆ, ਪਰ ਮੈਂ ਇੱਕ ਬੇਨਤੀ ਕਰਾਂ, ਜਦੋਂ ਤੱਕ ਔਰਤ ਧਰਮ ਦੇ ਨਾਲ ਜੁੜਦੇ ਨਹੀਂ ਉਦੋਂ ਤੱਕ ਇਸ ਨੂੰ ਸਹੀ ਮਾਣ ਤੇ ਸਤਿਕਾਰ ਨਹੀਂ ਮਿਲ ਸਕਦਾ। ਭਾਵੇਂ ਹੋਰ ਦੁਨੀਆਂ ਵਿੱਚ ਕਿੱਡਾ ਵੱਡਾ ਇਹਨੂੰ ਦੁਨਿਆਵੀ ਜਿੱਡਾ ਮਰਜ਼ੀ ਰੁਤਬਾ ਮਿਲ ਜੇ, ਪਰ ਧਰਮ ਦੀ ਸਿੱਖਿਆ ਤੋਂ ਬਿਨਾਂ ਇਹਦਾ ਔਰਤ ਹੋਣਾ, ਇਹਦਾ ਮਾਂ ਹੋਣਾ, ਇਹਦਾ ਭੈਣ ਹੋਣਾ ਔਰ ਇਹਦਾ ਧੀ ਹੋਣਾ, ਪਤਨੀ ਹੋਣਾ, ਇਹ ਜਿਹੜੇ ਰਿਸ਼ਤੇ ਨੇ ਉਦੋਂ ਤੱਕ ਕਾਮਯਾਬ ਨਹੀਂ ਹੁੰਦੇ, ਉਦੋਂ ਤੱਕ ਸਤਿਕਾਰ ਵਾਲੇ ਨਹੀਂ ਬਣਦੇ ਜਦੋਂ ਤੱਕ ਇਹ ਰਿਲੀਜ਼ਨ ਨਾਲ ਧਰਮ ਨਾਲ ਨਾ ਜੁੜੇ। ਜਿਹੜੀ ਬੀਬੀ ਧਰਮ ਦੇ ਨਾਲ ਜੁੜੀ ਹੈ ਉਹਦਾ ਜਿਉਂਦੇ ਜੀ ਤੇ ਗੱਲ ਕੀ ਆ, ਉਹਦਾ ਤੇ ਮਰਨ ਤੇ ਬਾਅਦ ਵੀ ਨਾਂ ਰਹਿੰਦਾ ਆ। ਅੱਜ ਜਿੱਥੇ ਬਾਬਾ ਦੀਪ ਸਿੰਘ ਦਾ ਨਾਂ ਆਉਂਦਾ ਆ ਉੱਥੇ ਉਹਨਾਂ ਦੀ ਸਤਿਕਾਰਯੋਗ ਮਾਤਾ ਜਿਉਣੀ ਜੀ ਜਿਹੜੇ ਅੰਮ੍ਰਿਤ ਛਕੇ ਜੀਵਨ ਕੌਰ ਬਣੇ ਉਹਨਾਂ ਦਾ ਨਾਂ ਲਿਆ ਜਾਂਦਾ ਆ। ਸਰਦਾਰ ਕਪੂਰ ਸਿੰਘ ਨੇ ਆਖਿਆ ਸੀ ਜੇ ਬੱਚੇ ਨੂੰ ਧਰਮ ਦੀ ਸਿੱਖਿਆ ਦੇਣੀ ਹੈ ਜਨਮ ਤੋਂ 25 ਸਾਲ ਪਹਿਲਾਂ ਦਿਓ। ਤੇ ਪੁੱਛਣ ਵਾਲਾ ਬੜਾ ਹੈਰਾਨਗੀ ਨਾਲ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ, ਜਿਸ ਬੱਚੇ ਦਾ ਜਨਮ ਨਹੀਂ ਹੋਇਆ ਸਿੱਖਿਆ ਕਿਵੇਂ ਦਈਏ। ਉਹਨੇ ਆਖਿਆ ਵੀ ਸਿੱਖਿਆ ਵੀ ਉਹੀ ਮਾਂ ਦੇ ਸਕਦੀ ਹੈ ਜਿਹੜੀ ਆਪ ਸਿੱਖੀ ਹੋਵੇ, ਜੇ ਆਪ ਪਹਿਲਾਂ ਸਿੱਖੀ ਗ੍ਰਹਿਣ ਕੀਤੀ ਹੋਵੇ ਤਾਂ ਹੀ ਬੱਚੇ ਨੂੰ ਸਿਖਾ ਸਕਦੀ ਹੈ। ਇਸ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਔਰਤ ਨੂੰ ਬੜਾ ਮਾਣ ਤੇ ਸਤਿਕਾਰ ਹੈ, ਬਾਣੀ ਪੜ੍ਹ ਸਕਦੀ ਹੈ, ਸੇਵਾ ਕਰ ਸਕਦੀ ਹੈ, ਅੰਮ੍ਰਿਤ ਛਕ ਸਕਦੀ ਹੈ। ਇਸ ਤੋਂ ਵੀ ਅਗਾਂਹ ਦੁਨੀਆਂ ਨੇ ਅਜੇ ਤੱਕ ਐਡੀ ਤਰੱਕੀ ਨਹੀਂ ਕੀਤੀ, ਵਰਲਡ ਦੇ ਵਿੱਚ ਐਡਾ ਵੱਡਾ ਕੋਈ ਇਨਕਲਾਬ ਨਹੀਂ ਆਇਆ ਕਿ ਔਰਤ ਜਾਤੀ ਨੂੰ ਐਡਾ ਵੱਡਾ ਰੁਤਬਾ ਮਿਲਿਆ ਹੋਵੇ ਕਿ ਕਿਸੇ ਧਰਮ ਦੀ ਸਥਾਪਨਾ ਵਿੱਚ, ਕਿਸੇ ਧਰਮ ਦੀ ਨਿਉਂ ਰੱਖਣ ਵੇਲੇ, ਕਿਸੇ ਧਰਮ ਨੂੰ ਬਣਾਉਣ ਵੇਲੇ ਇੱਕ ਔਰਤ ਜਾਤੀ ਦਾ ਯੋਗਦਾਨ ਲਿਆ ਹੋਵੇ ਜਿਵੇਂ ਬਾਪੂ ਕਲਗੀਧਰ ਮਹਾਰਾਜ ਨੇ ਲਿਆ। ਜੇ ਖੰਡਾ ਹੱਥ ਵਿੱਚ ਫੜਿਆ ਤੇ ਪਤਾਸੇ ਮਾਤਾ ਤੋਂ ਪਵਾਏ, ਔਰਤ ਜਾਤੀ ਨੂੰ ਇਸ ਤੋਂ ਵੱਡਾ ਰੁਤਬਾ ਕਿਤੇ ਕੋਈ ਦੇ ਹੀ ਨਹੀਂ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਨ, ਬਚਪਨ ਵਿੱਚ ਹੀ ਬੱਚੇ ਨੂੰ ਜੋੜਿਆ ਗੁਰੂ ਘਰ ਦੇ ਨਾਲ, ਪਹਿਲਾ ਨਾਂ ਭਾਈ ਦੀਪਾ,
ਤੇ ਮੈਂ ਇੱਕ ਬੇਨਤੀ ਕਰਾਂ, ਸਿੱਖ ਸਾਧੀ ਜੀ ਇੱਕ ਬਚਨ ਕਹਿੰਦੇ ਨੇ ਬਾ ਜ਼ੁਰਗੀ ਬਾ ਅਕਲਸਤ ਨਾ ਕੇ ਬਾ ਸਾਲ, ਤਾਵੰਗਰੀ ਬਾ ਦਿਲਸਤ ਨਾ ਕੇ ਬਾ ਮਾਲ। ਬੰਦਾ ਅਕਲ ਤੋਂ ਬਜ਼ੁਰਗ ਹੁੰਦਾ ਉਮਰ ਤੋਂ ਨਹੀਂ, ਅਮੀਰੀ ਦਿਲ ਦੀ ਹੈ ਪੈਸੇ ਦੀ ਨਹੀਂ। ਜਿਨ੍ਹਾਂ ਦੇ ਦਿਲ ਦੇ ਵਿੱਚ ਕੰਜੂਸ ਪੁਣਾ ਹੈ ਉਹਨਾਂ ਨੂੰ ਕੋਈ ਅਮੀਰ ਨਹੀਂ ਕਹਿ ਸਕਦਾ। ਅੱਜ ਬਾਹਰਲੇ ਗੁਰੂ ਕੇ ਪਿਆਰੇ ਆਸਟ੍ਰੇਲੀਆ ਔਰ UK ਦੀਆਂ ਸੰਗਤਾਂ ਨੇ ਸੋਹਣਾ ਪ੍ਰਬੰਧ ਕੀਤਾ ਅਤੇ ਆਹ ਸੰਗਤਾਂ ਦੇ ਸਹਿਯੋਗ ਵਰਤ ਰਹੇ ਨੇ। ਇਹ ਹੈ ਅੰਦਰ ਦੀ ਅਮੀਰੀ। ਅਤੇ ਕਈ ਸਾਧ ਸੰਗਤ ਜੀ ਗੁਰੂ ਘਰ ਦੇ ਵਾਸਤੇ ਅਤੇ ਰੁਪਈਆ ਨਹੀਂ ਦੇ ਕੇ ਰਾਜੀ, ਅਤੇ ਬਾਕੀ ਲੈਕਚਰ ਪਣੇ ਵਿੱਚ ਜਿਹਨੂੰ ਸੱਭਿਆਚਾਰ ਦਾ ਨਾਂ ਦੇ ਦਿੱਤਾ। ਆਹ ਜਿਹੜਾ ਇਹ ਤੋਂ ਵੱਡਾ ਸੱਭਿਆਚਾਰ ਕਿਹੜਾ ਹੋ ਸਕਦਾ ਆ? ਇਹਨੂੰ ਨਹੀਂ ਸੱਭਿਆਚਾਰ ਕਹਿੰਦੇ, ਇਹਦੇ ਕਹਿੰਦੇ ਐਵੇਂ ਹੀ ਰਾਤ ਜਗਾਉਣ ਜਾਗਣ ਵਾਸਤੇ, ਐਵੇਂ ਹੀ ਉਹਨਾਂ ਵਾਸਤੇ ਕਹਿੰਦੇ ਵੀ ਇਹਦੇ ਫਜ਼ੂਲ ਦਾ ਟਾਈਮ ਖਰਾਬ ਕਰਨ ਵਾਲੀ ਗੱਲ ਹੈ। ਉਹਨੂੰ ਸੱਭਿਆਚਾਰ ਕਹਿੰਦੇ ਨੇ ਜਿੱਥੇ ਕਹਿੰਦੇ ਵੀ ਇੱਦਾਂ ਦਾਰੂ ਕੱਢਦੇ ਆ, ਜੱਟ ਦਾਰੂ ਪੀਂਦਾ ਆ, ਜੱਟ ਫਾਇਰ ਕਰਦਾ ਆ, ਜੱਟ ਆਹ ਕਰਦਾ ਆ, ਤੇ ਸਾਨੂੰ ਧੱਕੇ ਦੇ ਨਾਲ ਸਾਧ ਸੰਗਤ ਜੀ ਫਾਹੇ ਤੇ ਲਾਇਆ ਆ, ਧੱਕੇ ਨਾਲ ਸਾਨੂੰ ਹੰਕਾਰੀ ਬਣਾਇਆ ਜਾ ਰਿਹਾ ਆ, ਧੱਕੇ ਦੇ ਨਾਲ ਸਾਡੀ ਕਮਜ਼ੋਰੀਆਂ ਨੂੰ ਲੁਕੋ ਕੇ ਸਾਨੂੰ ਜਿਹੜਾ ਉਸ ਪਾਸੇ ਤੋਰਿਆ ਜਾ ਰਿਹਾ, ਨਸ਼ਿਆਂ ਵਾਲੇ ਪਾਸੇ ਤੋਰਿਆ ਜਾ ਰਿਹਾ ਆ। ਸਾਡੀ ਅਸਲੀਅਤ ਕੋਈ ਦੱਸ ਕੇ ਰਾਜੀ ਨਹੀਂ। ਅਜੇ ਨਹੀਂ ਕੋਈ ਦੱਸਦਾ ਵੀ ਕਰਜ਼ੇ ਵਿੱਚ ਡੁੱਬਿਆ ਜੱਟ ਜਿਹੜਾ ਉਹ ਫਾਹੇ ਲੈਂਦਾ ਆ। ਸਰਕਾਰ ਦੇ ਗਲਤ ਕਾਨੂੰਨ ਕਰਕੇ ਜੋ ਇਹਦੇ ਉੱਤੇ ਧੱਕਾ ਚੱਲ ਰਿਹਾ, ਇਹ ਧੱਕਾ ਸਹਿ ਰਿਹਾ, ਇਹਦਾ ਕੋਈ ਇੱਧਰ ਕੋਈ ਧਿਆਨ ਨਹੀਂ ਦਵਾਉਂਦਾ। ਕੇਵਲ ਉਹ ਇਸ ਕਰਕੇ ਉਹ ਸਾਡੇ ਉੱਤੇ ਕਹਿੰਦੇ ਨੋਟ ਵਾਰੀ ਜਾਣ, ਇਹ ਨਜਾਇਜ਼ ਖਰਚੇ ਕਰੀ ਜਾਣ, ਇਹ ਤਾਂ ਹੋ ਰਿਹਾ। ਮੈਂ ਬੇਨਤੀ ਕਰਾਂ ਉੱਧਰ ਬੜਾ ਪੈਸਾ ਦੇ ਦੇਣਗੇ, ਪਰ ਇੱਧਰ ਧਰਮ ਵਾਸਤੇ ਗੁਰੂ ਬਾਣੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਚੰਗਾ ਕੰਮ ਕਰਨ ਵਾਸਤੇ ਆਲਕ ਬਣ ਜਾਂਦਾ ਥੋੜ੍ਹਾ ਜਿਹਾ। ਗੁਰਦੁਆਰੇ ਦੇ 10 ਭਾਈ ਬੰਦੇ ਇਕੱਠੇ ਹੋ ਕੇ ਆ ਗਏ ਤੇ ਕਹਿੰਦਾ 10 ਰੁਪਏ ਹੀ ਆ ਜੀ, ਬਸ ਇੰਨੀ ਕੁ ਸਰਧਾ ਜੀ। ਜੇ ਆਖੋ ਜੇ ਕਹੀਏ ਵੀ ਇੰਨੇ ਕਲਾਣ ਕਿਵੇਂ ਗੱਲ ਬਣਦੀ ਹੈ, ਤੇ ਅੱਗੇ ਜਵਾਬ ਦਿੰਦਾ ਲੈ ਭਾਈ ਗੁਰਦਾਸ ਜੀ ਵੀ ਤੇ ਕਹਿੰਦੇ ਨੇ ਭਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖ। ਜੇ ਕੋਡੀ ਦੇ ਵਿੱਚ ਉਹ ਕਿਰਪਾ ਕਰ ਸਕਦਾ ਤੁਸੀਂ 10 ਰੁਪਏ ਨਹੀਂ ਲੈ ਕੇ ਰਾਜੀ? ਤੇ ਉਹਨਾਂ ਨੂੰ ਸਮਝਾਈਏ ਕਿ ਪਿਆਰੇ ਆ ਮਹਾਰਾਜ ਦੇ ਪਿਆਰੇ ਤਾਂ ਕਹਿੰਦੇ, ਜੇ ਗਰੀਬੀ ਆ ਤਾਂ ਕੋਡੀ ਪ੍ਰਵਾਨ ਹੈ, ਜੇ ਕਰੋੜਾਂ ਦਾ ਮਾਲਕ ਹੈ ਤੇ ਫਿਰ ਵੀ 10 ਰੁਪਏ ਦੇਵੇ ਉਹ ਕਿਵੇਂ ਪ੍ਰਵਾਨ ਹੋ ਸਕਦਾ ਆ? ਤੇ ਉੱਥੇ ਗੁਰੂ ਅਮਰਦਾਸ ਜੀ ਦਾ ਬਚਨ ਨਹੀਂ ਯਾਦ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਇਹ ਕੌਣ ਪੜ੍ਹੇਗਾ? ਉਹ ਕਹਿੰਦੇ ਤੇ ਤੁਸੀਂ ਪੜ੍ਹ ਲਓ ਤੁਹਾਡੇ ਵਾਸਤੇ, ਆਪਣੇ ਮਤਲਬ ਦੀ ਗੱਲ ਕੱਢ ਲੈਂਦੇ ਨੇ। ਸੋ ਸਤਿਗੁਰੂ ਜੀ ਮਿਹਰ ਕਰਨ। ਮੈਂ ਬੇਨਤੀ ਕਰਾਂ ਜਿਸ ਧਰਤੀ ਨੇ ਬਾਬਾ ਦੀਪ ਸਿੰਘ ਨੂੰ ਜਨਮ ਦਿੱਤਾ, ਉਪਰੰਤ ਬਾਬਾ ਦੀਪ ਸਿੰਘ ਬਚਪਨ ਵਿੱਚ ਹੀ ਬਾਣੀ ਵਿੱਚ ਜੁੜੇ ਹੋਏ ਸਨ, ਨਾਮ ਜਪਦੇ ਸਨ, ਬੰਦਗੀ ਕਰਦੇ ਸਨ, ਸੇਵਾ ਕਰਦੇ ਸਨ ਔਰ ਮਨ ਕਰਕੇ ਜੁੜੇ ਹੋਏ ਸਨ। ਇਸ ਕਰਕੇ ਜਦੋਂ ਬਾਜਾਂ ਵਾਲੇ ਪਾਤਸ਼ਾਹ ਨੇ 1699 ਨੂੰ ਖੰਡੇ ਦੀ ਪਹੁਲ ਸਿੰਘਾਂ ਨੂੰ ਸ਼ਿਕਾਈ ਸਿੱਖਾਂ ਨੂੰ ਸਜਾ ਕੇ ਸਿੰਘ ਬਣਾਇਆ, ਖਾਲਸੇ ਬਣਾਇਆ ਔਰ ਖਾਲਸਾ ਕਾਲ ਪੁਰਖ ਦੀ ਫੌਜ ਕਹਿ ਕੇ ਸਤਿਕਾਰਿਆ, ਤੇ ਅਗਲੇ ਸਾਲ ਹੋਲੇ ਮਹੱਲੇ ਦੇ ਦੌਰਾਨ ਜਦੋਂ ਫੇਰ ਭਰਮਾ ਇਕੱਠ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਉਦੋਂ ਬਾਬਾ ਦੀਪ ਸਿੰਘ ਸਮੇਤ ਪਰਿਵਾਰ ਤੇ ਸਮੇਤ ਸੰਗਤਾਂ ਆਨੰਦਪੁਰ ਸਾਹਿਬ ਪਹੁੰਚੇ। ਉਸ ਤੋਂ ਪਹਿਲਾਂ ਉਹਨਾਂ ਪੌਲ ਲਈ ਸੀ, ਚਰਨ ਪੌਲ ਜੋ ਉਸ ਤੋਂ ਪਹਿਲਾਂ ਦੀ ਮਰਿਆਦਾ ਸੀ। ਹੁਣ ਉਹ ਯਾਦ ਆਇਆ ਮਹਾਰਾਜ ਦਾ ਬਚਨ ਕੇ ਸਤਿਗੁਰਾਂ ਨੇ ਹੁਕਮ ਲਾ ਦਿੱਤਾ ਵੀ ਹਰ ਇੱਕ ਸਿੱਖ ਅੰਮ੍ਰਿਤ ਜੂੜ ਛਕੇ, ਇਸ ਕਰਕੇ ਖੰਡੇ ਦੀ ਪੌਲ ਲੈਣ ਵਾਸਤੇ ਪਹੁੰਚ ਗਏ ਆਨੰਦਪੁਰ ਸਾਹਿਬ ਦੀ ਧਰਤੀ ਤੇ। ਆਨੰਦਪੁਰ ਸਾਹਿਬ ਪਹੁੰਚੇ ਔਰ ਇਹ ਜਿਹੜਾ ਅੰਮ੍ਰਿਤ ਦੀ ਦਾਤ ਹੈ, ਇਹ ਜਿਹੜਾ ਧਰਮ ਹੈ, ਇਹ ਬੁੱਧੀ ਦਾ ਵਿਸ਼ਾ ਨਹੀਂ, ਇਹ ਮਨ ਦਾ ਵਿਸ਼ਾ ਹੈ, ਇਹ ਹਿਰਦੇ ਦਾ ਵਿਸ਼ਾ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਜਿਨ੍ਹਾਂ ਉਚਾਈਆਂ ਤੋਂ ਬੁੱਧ ਖੰਭ ਸਾਰ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਵਾਲੇ ਡਿੱਠੇ ਨਾਲ ਬੁੱਲ ਲੱਗ ਜਾਣ, ਉੱਥੇ ਰਸਤੇ ਸਰੂਰ ਚੜ੍ਹੇ ਝੁੰਮਾਂ ਆਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮਾ ਢੋਲਾ ਆਖਦਾ ਆ, ਮਾਰੇ ਗਏ ਜਿਨ੍ਹਾਂ ਲਾਇਓ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧ ਮੰਡਲੀ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀ ਲੱਗ ਗਈਆਂ ਯਾਰੀਆਂ। ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤੀ ਪਾਲੀ ਉਹਨਾਂ ਨੂੰ ਪਤਾ ਹੈ ਵੀ ਨਾਮ ਦੇ ਰਸ ਦਾ ਕਿੰਨਾ ਆਨੰਦ ਹੈ, ਉਹਨਾਂ ਨੂੰ ਪਤਾ ਆ ਕਿ ਜਦੋਂ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਤੇ ਫਿਰ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਤਨ ਮਨ ਰੰਗ ਦਿੰਦੇ ਨੇ। ਬਾਬਾ ਦੀਪ ਸਿੰਘ ਨੇ ਅੰਮ੍ਰਿਤ ਛਕਿਆ, 1700 ਈਸਵੀ ਅੰਦਰ ਖੰਡੇ ਬਾਟੇ ਦੀ ਪਹੁ ਲੈ ਕੇ ਦੀਪੇ ਤੋਂ ਦੀਪ ਸਿੰਘ ਬਣ ਗਏ। ਇਤਿਹਾਸ ਬੜਾ ਲਮੇਰਾ ਆ, ਪਰ ਇੰਨਾ ਸਮਾਂ ਨਹੀਂ ਮੈਂ ਵਿਸਤਾਰ ਵਿੱਚ ਜਾਵਾਂ, ਕਿਉਂਕਿ ਇੱਕ ਕਵਿਤਾ 20ਵੀਂ ਸਦੀ ਦੇ ਮਹਾਨ ਜਰਨੈਲ ਸੂਰਬੀਰ ਬਚਨ ਕੇ ਬਲੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਪ੍ਰਥਾਏ ਵੀ ਕਹਿਣੀ ਆ, ਸਮੇਂ ਦੇ ਦਾਇਰੇ ਅੰਦਰ ਰਹਿੰਦਾ ਹੋਇਆ ਮੈਂ ਸੰਖੇਪ ਬੇਨਤੀਆਂ ਕਰਾਂ। ਧੰਨ ਬਾਬਾ ਦੀਪ ਸਿੰਘ ਗੁਰਕਲਗੀ ਧਰਮਾਂ ਰਾਤ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਲੱਗ ਪਏ। ਉਪਰੰਤ ਜਦੋਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਛੱਡਿਆ, ਉਸ ਤੋਂ ਪਹਿਲਾਂ ਹੀ ਬਾਬਾ ਦੀਪ ਸਿੰਘ ਨੂੰ ਭੇਜ ਦਿੱਤਾ ਕਿ ਆਪਣੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਔਰ ਬਚਨ ਹੈ ਸਾਹਿਬ ਦਾ, ਹੁਕਮ ਮੰਨਿਆ ਹੋਇਆ ਪ੍ਰਮਾਣ,
ਟੁੱਟਾ ਖਸਮੈ ਕਾ ਮਹਿਲ ਪਾਏ ਸੀ। ਸਦਾ ਹੁਕਮ ਮੰਨੇ ਹੀ ਕਿਰਪਾ ਬਣਦੀ ਹੈ, ਆਪਣੀ ਚਤੁਰਾਈਆਂ ਨਾਲ ਨਹੀਂ ਰੱਬ ਗੁਰੂ ਮਿਲਦਾ। ਸਤ ਸੰਗਤ ਜੀ, ਫੇਰ ਜਦੋਂ ਇੱਕ ਵਾਰ ਵਾਪਸ ਮਹਾਰਾਜ ਫੇਰ ਦਮਦਮੇ ਸਾਹਿਬ ਆਏ ਨਾ, ਜਦੋਂ ਅਨੰਦਪੁਰ ਸਾਹਿਬ ਛੱਡਿਆ, ਸਰਸਾ ਕੰਢੇ ਪਰਿਵਾਰ ਵਿਛੋੜਾ, ਚਮਕੌਰ ਵਿੱਚ ਵੱਡੀ ਜੰਗ, ਔਰ ਸਰਹੰਦੀ ਧਰਤੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਇਹ ਸਾਰੇ ਭਾਣੇ ਵਾਪਰੇ, ਔਰ ਜਿਸ ਵੇਲੇ ਜਫਰਨਾਮਾ ਭੇਜਿਆ ਔਰੰਗਜ਼ੇਬ ਨੂੰ, ਉਹਦੀ ਮੌਤ ਦਾ ਵਾਰੰਟ ਭੇਜਿਆ, ਉਸ ਤੋਂ ਉਪਰੰਤ ਦਮਦਮਾ ਸਾਹਿਬ ਆਏ, ਦਮਦਮਾ ਸਾਹਿਬ ਦੀ ਧਰਤੀ 'ਤੇ ਭਾਈ ਮਨੀ ਸਿੰਘ ਨੂੰ ਦਿੱਲੀਓਂ ਸੱਦਿਆ, ਬਾਬਾ ਦੀਪ ਸਿੰਘ ਨੂੰ ਇਸ ਇਲਾਕੇ ਤੋਂ ਸੱਦਿਆ, ਅਤੇ ਉਹਨਾਂ ਜਾ ਕੇ ਮਹਾਰਾਜ ਦੇ ਚਰਨਾਂ 'ਚ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ। ਦੋ ਬੇਨਤੀਆਂ ਦਮਦਮਾ ਸਾਹਿਬ ਦੇ ਧਰਤੀ 'ਤੇ ਹੋਈਆਂ, ਦੋ, ਇੱਕ ਡੱਲੇ ਨੇ ਕੀਤੀ, ਇੱਕ ਦੀਪ ਸਿੰਘ ਨੇ ਕੀਤੀ। ਵੇਖਿਓ ਫਰਕ ਕਿੰਨਾ ਆ। ਡੱਲਾ ਕਹਿੰਦਾ, ਮਹਾਰਾਜ ਜੀ, ਮੈਨੂੰ ਇਸ ਗੱਲ ਦਾ ਖੇਦ ਆ ਵੀ ਆਪਦਾ ਪਰਿਵਾਰ ਵਿਛੋੜਾ ਪੈ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿਤੇ ਜੇ ਮੈਨੂੰ ਸੱਦ ਲੈਂਦੇ ਸ਼ਾਇਦ ਆਪ ਨੂੰ ਅਨੰਦਪੁਰ ਨਾ ਛੱਡਣਾ ਪੈਂਦਾ, ਸ਼ਾਇਦ ਆਪਦੇ ਸ਼ਹੀਦ ਬੱਚੇ ਸ਼ਹੀਦ ਨਾ ਹੁੰਦੇ, ਕਿਉਂਕਿ ਮੇਰੇ ਨਾਲ 500 ਜਵਾਨ ਸਦਾ ਤਿਆਰ ਬਰ ਤਿਆਰ ਰਹਿੰਦੇ ਨੇ। ਅਤੇ ਦੂਜਾ ਬੇਨਤੀ ਕਰਨ ਵਾਲਾ ਸਿੱਖ ਹੈ ਬਾਬਾ ਦੀਪ ਸਿੰਘ, ਉਹਨੇ ਵੀ ਗੱਲ ਵਿੱਚ ਪੱਲਾ ਪਾਇਆ, ਆਰੰਭਿਕ ਅੱਖਰ ਉਹਦੇ ਵੀ ਇਹੀ ਨੇ ਕਿ ਮਹਾਰਾਜ ਜੀ, ਆਪਨੇ ਮੈਨੂੰ ਨਹੀਂ ਬੁਲਾਇਆ, ਜੇ ਮੈਨੂੰ ਅਨੰਦਪੁਰ ਵਿੱਚ ਬੁਲਾ ਲੈਂਦੇ, ਜੇ ਮੈਨੂੰ ਸਰਸਾ ਕੰਢੇ ਬੁਲਾ ਲੈਂਦੇ, ਜੇ ਮੈਨੂੰ ਚਮਕੌਰ ਵਿੱਚ ਬੁਲਾ ਲੈਂਦੇ, ਮਹਾਰਾਜ ਕਹਿੰਦੇ ਜੇ ਬੁਲਾ ਲੈਂਦੇ ਫੇਰ, ਤੇ ਦੀਪ ਸਿੰਘ ਕਹਿੰਦਾ, ਮਹਾਰਾਜ ਜੇ ਬੁਲਾ ਲੈਂਦੇ ਜਿੱਥੇ ਮੇਰੇ ਵੱਡੇ ਵੀਰਾਂ ਦਾ ਖੂਨ ਡੁਲਿਆ, ਉੱਥੇ ਮੈਂ ਵੀ ਸ਼ਹੀਦੀ ਪ੍ਰਾਪਤ ਕਰਦਾ। ਆਪਣੀ ਤਾਕਤ ਦਾ ਪ੍ਰਗਟਾਵਾ ਨਹੀਂ, ਇੱਥੇ ਆਪ ਗਵਾਈਆ ਤਾਂ ਸਹੁੰ ਪਾਈਆ, ਔਰ ਕੈਸੀ ਚਤੁਰਾਈ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ, ਦੀਪ ਸਿੰਘ ਤੇਰੀ ਤੇ ਜ਼ਿੰਦਗੀ ਪਹਿਲਾਂ ਹੀ ਕੌਮ ਦੀ ਅਮਾਨਤ ਹੈ, ਸ਼ਹੀਦੀ ਤੇਰੀ ਵੀ ਹੋਣੀ ਹੈ, ਪਰ ਟਾਈਮ ਆਏਗਾ, ਇਸ ਤੋਂ ਪਹਿਲਾਂ ਤੂੰ ਬਹੁਤ ਵੱਡੇ ਵੱਡੇ ਕਾਰਜ ਕਰਨੇ, ਬੜੀਆਂ ਸੇਵਾਵਾਂ ਨਿਭਾਣੀਆਂ ਨੇ, ਤੂੰ ਬਹੁਤ ਵੱਡੇ ਵੱਡੇ ਕਾਰਜਾਂ ਨੂੰ ਨੇਪਰੇ ਚਾੜਨਾ ਆ, ਤੇ ਤੇਰੀ ਸ਼ਹੀਦੀ ਤੋਂ ਦੁਨੀਆਂ ਚਾਨਣ ਲਏਗੀ, ਤੇਰੀ ਸ਼ਹੀਦੀ ਤੋਂ ਦੁਨੀਆਂ ਸਿੱਖਿਆ ਲਏਗੀ। ਇਹ ਬਚਨ ਬਾਬਾ ਜੀ ਨੂੰ ਕਲਗੀਧਰ ਮਹਾਰਾਜ ਨੇ ਆਖੇ। ਉਹ ਸਮੇਂ ਆਇਆ ਜਦੋਂ ਬਾਬਾ ਜੀ ਮਹਾਰਾਜ ਦੇ ਹੁਕਮ ਦੇ ਨਾਲ ਸੇਵਾ ਵਿੱਚ ਜੁਟ ਗਏ। 9 ਮਹੀਨੇ 9 ਦਿਨ ਕਲਗੀਧਰ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੂਰਨ ਸੰਪਾਦਨਾ ਹੋਈ, ਭਾਈ ਮਨੀ ਸਿੰਘ ਜੀ ਲਿਖਾਰੀ, ਬਾਬਾ ਦੀਪ ਸਿੰਘ ਜੀ ਸਹਾਇਕ, ਕਲਮਾ ਸ਼ਾਹੀ ਔਰ ਕਾਗਜ਼ ਦਾ ਪ੍ਰਬੰਧ ਕਰਨ ਵਾਲੇ, ਤੇ ਇਸ ਤਰ੍ਹਾਂ ਇੱਕ ਕਾਰਜ ਨੇਪਰੇ ਚੜ੍ਹਿਆ। ਧੰਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਦਿਨ ਬੇਨਤੀ ਕੀਤੀ, ਸਾਹਿਬਾ, ਕਿਉਂਕਿ ਜਿੰਨੀ ਬਾਣੀ ਮਹਾਰਾਜ ਲਿਖਾਉਂਦੇ ਸਨ ਸ਼ਾਮ ਨੂੰ ਉਹਦੇ ਅਰਥ ਵੀ ਪੜਾਉਂਦੇ ਸਨ। ਇਹ ਦਮਦਮੀ ਟਕਸਾਲ ਦੀ ਮਰਿਆਦਾ, ਇਹ ਪ੍ਰਾਤਨ ਹੈ, ਇਹ ਕਿਸੇ ਬੰਦੇ ਦੀ ਚਲਾਈ ਹੋਈ ਨਹੀਂ, ਇਹ ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਲਾਈ ਹੈ। 48 ਸਿੰਘਾਂ ਤੇ ਹੋਰ ਬੇਅੰਤ ਸੰਗਤਾਂ ਨੇ ਉਹ ਅਰਥ ਪੜ੍ਹੇ, 48ਾਂ ਨੂੰ ਬ੍ਰਹਮ ਗਿਆਨ ਕਰਾਇਆ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ, ਔਰ ਦੋਵਾਂ ਦੇ ਨਾਂ ਤੋਂ ਟਕਸਾਲਾਂ ਚੱਲੀਆਂ। ਦੋ ਮਹਾਂਪੁਰਖਾਂ ਦੇ ਅੱਗੇ ਵਿਦਵਤਾ ਦੇ ਭੰਡਾਰੇ ਜਿਹੜੇ ਵਰਤਾਏ ਨੇ, ਇੱਕ ਗੁਰੂ ਕੇ ਪਿਆਰੇ ਭਾਈ ਮਨੀ ਸਿੰਘ ਸ਼ਹੀਦ, ਜਿਨ੍ਹਾਂ ਦੀ ਟਕਸਾਲ ਨੂੰ ਗਿਆਨੀਆਂ ਦੀ ਟਕਸਾਲ ਕਹਿੰਦੇ ਆ, ਇੱਕ ਸਿਰਲੱਥ ਯੋਧੇ ਬਹਾਦਰ ਜਿਹੜੇ ਸ਼ਹੀਦੀ ਤੋਂ ਪਹਿਲਾਂ ਹੀ ਸ਼ਹੀਦ ਸ਼ਬਦ ਨਾਲ ਸਤਿਕਾਰੇ ਜਾਂਦੇ ਸਨ, ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਮਦਮੀ ਟਕਸਾਲ ਚਲਾਈ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੇਵਾਵਾਂ ਕਰਾ ਰਹੇ ਨੇ, ਨਾਲੇ ਬਾਣੀ ਲਿਖਾਉਂਦੇ, ਨਾਲੇ ਸ਼ਾਮ ਨੂੰ ਅਰਥ ਪੜ੍ਹਾਉਂਦੇ। ਜਦੋਂ ਮੇਰੇ ਸਾਹਿਬ ਜੀ ਅਰਥ ਪੜ੍ਹਾ ਰਹੇ ਸਨ, ਮੇਰੇ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਆਈ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ। ਬਾਬਾ ਜੀ ਕਹਿੰਦੇ, ਸਤਿਗੁਰ ਜੀ ਇਹਦੇ ਅਰਥ ਤੇ ਸਮਝ ਆ ਗਏ, ਸ਼ਬਦਾਰਥਿਕ ਅਰਥ ਤੇ ਸਮਝ ਆ ਗਏ, ਇਹਦੇ ਭਾਵ ਅਰਥਕ ਅਰਥ ਕੀ ਨੇ? ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਭਾਵ ਅਰਥ ਇਹਦੇ ਇਹ ਨੇ ਵੀ ਜਿਹੜਾ ਆਪਣੇ ਹੰਕਾਰ ਨੂੰ ਮਾਰ ਕੇ ਗੁਰੂ ਚਰਨਾਂ ਵਿੱਚ ਆਉਂਦਾ ਆ, ਉਹੀ ਪ੍ਰਵਾਨ ਹੈ ਜਿਹੜਾ ਹੰਕਾਰ ਸਹਿਤ ਆਉਂਦਾ, ਗੁਰੂ ਦੇ ਦਰ ਤੱਕ ਨਹੀਂ ਪਹੁੰਚ ਸਕਦਾ, ਸਿਰ ਨੂੰ ਤਲੀ ਤੇ ਰੱਖਣ ਦਾ ਭਾਵ ਇਹ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਵਿਵਹਾਰਿਕ ਅਰਥ ਕੀ ਨੇ? 3 ਅਰਥ ਨੇ, ਸ਼ਬਦਾਰਥਿਕ ਅਰਥ ਔਰ ਇੱਕ ਭਾਵ ਅਰਥ, ਤੇ 3 ਵਿਵਹਾਰਿਕ ਅਰਥ। ਵਿਵਹਾਰਿਕ ਅਰਥ ਉਹ ਨੇ ਜਿਹੜੇ ਇਤਿਹਾਸ ਵਿੱਚੋਂ ਸਾਨੂੰ ਬਾਣੀ ਦੇ ਮਿਲਦੇ ਨੇ। ਮੇਰੇ ਸਾਹਿਬ ਕਹਿੰਦੇ, ਓਏ ਦੀਪ ਸਿੰਘ ਇਹਦੇ ਵਿਵਹਾਰੀ ਅਰਥ? ਕਹਿੰਦੇ, ਹਾਂ ਮਹਾਰਾਜ ਜੀ। ਜਿਵੇਂ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ, ਤਨ ਮਨ ਕਾਟ ਕਾਟ ਸਵਾਰਪੀ ਵਿੱਚ ਅਗਨੀ ਆਪ ਜਲਾਈ, ਤੇ ਮੀਆਂ ਮੀਰ ਨੇ ਪੁੱਛਿਆ ਸੀ ਇਹਦੇ ਅਰਥ, ਮਹਾਰਾਜ ਕਹਿੰਦੇ ਨੇ ਤੈਨੂੰ ਸ਼ਬਦਾਰਥਿਕ ਅਰਥਾਂ ਦਾ ਪਤਾ ਹੈ, ਤੈਨੂੰ ਭਾਵ ਅਰਥਾਂ ਦਾ ਪਤਾ ਹੈ, ਤੂੰ ਵੀ ਬਾਣੀ ਪੜ੍ਹਦਾ ਆ, ਪਰ ਇੱਕ ਅਰਥ ਤੈਨੂੰ ਅਸੀਂ ਕਰਾਵਾਂਗੇ ਤੱਤੀ ਤਵੀ ਤੇ ਬਹਿ ਕੇ, ਇੱਕ ਅਰਥ ਤੈਨੂੰ ਸਮਝਾਵਾਂਗੇ ਦੇਗਿਆਂ ਵਿੱਚ ਉਬਾਲੇ ਖਾ ਕੇ। ਤੇ ਮੇਰੇ ਸਾਹਿਬ ਕਹਿੰਦੇ, ਤੂੰ ਇਸ ਪੰਕਤੀ ਦੇ ਇਸ ਤੁਕ ਦੇ ਅਰਥ ਪੁੱਛੇ ਨੇ ਕਿ ਸਿਰ ਤਰ ਤਲੀ ਗਲੀ ਮੇਰੀ ਆਓ, ਇਹਦੇ ਅਰਥ ਤੈਨੂੰ ਇਸ ਤਰ੍ਹਾਂ ਸਮਝਾਵਾਂਗੇ
कि तू समझ देगा ते लोग जदों बाणी दी तू पढ़िया करनगे एकदम तेरा ख्याल आ जाया करेगा, एकदम तेरा चेता आ जाया करेगा। इस अर्थ का प्रैक्टिकली, इस अर्थ का, इस शब्द के प्रैक्टिकली अर्थ तेरे जीवन विचों लभणगे। जद भी कोई भावे कीर्तन करदा, भावे कथा करदा, भावे बाणी पढ़दा, जद भी कोई गुरमुख प्यारा पढ़दा या जो तो प्रेम खेलण का चाहो, सिर तर तली गली मेरी आओ, इत मार्ग पैर तरी जय सिर दी जय कार ना की जय। बाबा दीप सिंह याद आ जाता है, बाबा दीप सिंह जी के दर्शन हो जाते ने। मेरे साहब की कृपा के नाल बड़ी सेवा की थी। एक दिन सेवा कर रहे ने, बाटा सोध रहे ने, सरबलोदा बाटा सोधदे आनंद में आए, नाले बाणी पढ़ते नाले जाप पिया करते नाले बाटा सोधदे। बाजा वाले पातशाह ने वेख्या बड़ा आनंद है सेवा विच, क्योंकि बिना सेवा तो विद्या नहीं मिलती। बड़े विद्यार्थी बैठे ने संगत अंदर दमदमी टकसाल दे, गुरु के प्यारे महापुरख बैठे ने जिहड़े विद्यार्थियों नूं पढ़ांदे, पहला आप पढ़े फिर अगे पढ़ांदे ने, पर अज भी अपने नां दे अगे विद्यार्थी शब्द ही लांदे ने कि विद्यार्थी दमदमी टकसाल दा। विद्वान कहिंदे ने गुर सेवा वा दरब कर विद्या विद्या होए, तीती हेत विद्या बधे चौथे हेत ना कोई। तीन तरीकों के नाल विद्या मिलती है, पहली गुरु की सेवा करके, दूजा तरीका है पैसे दे के ट्यूशन करके रख के, ते तीजी है विद्या के बदले विद्या। कोई गुण सानू आंदा आपां उन्हों सिखा दी, उहदे कोलों उहदा गुण सीख लईए, तीन तरीके ने। पर विद्वान कहिंदे जिहड़ी ब्रह्म विद्या आ, जिहड़ी गुरबाणी की असली विद्या, वह केवल सेवा तो मिलती है, सेवा तो, बिना सेवा तो नहीं मिलती। इस करके सेवा पहला जिहड़ा है, पहला जिहड़ा सेवा करन दा पहली पौड़ी जिहड़ी है सेवा है गुरु घर दे अंदर। सो सेवा कर रहे ने, महाराज कहिंदे दीप सिंह जी की कर रहे हो, महाराज जी बाटा सोध रहे आ, महाराज कहिंदे सोधिया नहीं गया, कहिंदे महाराज सोधिया ते गया पर अजे गल नहीं बनी, थोड़ा रगड़ा उड़ लाया ते फिर वेख्या मूँह सामने ते फिर रगड़न लग पे। महाराज कहिंदे की करदा आ, महाराज जी मैं इहदे विच अपना मूँह वेखदा आ, कहिंदे फिर, कहिंदे बाबा जी बोले कहिंदे विच मेरा मुख नजर आंदा आ। महाराज कहिंदे जे मुख नजर आंदा है तां मतलब भांडा साफ हो गया, भैणा समझण गईआं, जदों भांडा साफ हो जाए उहदे विचों मूँह नजर आंदा आ, थिंदे भांडे विचों नहीं नजर आंदा। कहिंदे इहदा मतलब भांडा शुद्ध हो गया, सोधिया गया जे तेरा मुख नजर आ रहा है। कहिंदे नहीं महाराज, बेनती आप जी कृपा करो थोड़ी सेवा होर करा। महाराज कहिंदे कदों तक, कहिंदे जदों तक इहदे विचों मैनूं तेरा मुख नजर ना आ जाए। मेरे साहब कहिंदे दीप सिंह गलवकड़ी विच लिया ते कहिंदे तेरे ते मेरे विच फर्क भी कोई नहीं, खालसा मेरा रूप है खास, खालसे में करो निवास। ऐसी सेवा दी मूर्ति, बाजां वाले पातशाह दी कृपा दे नाल इत्थे भी सेवा निभाई। ते इतिहास कहिंदा जदों महाराज नांदेड़ विच गुरु ग्रंथ साहिब नूं गुरगद्दी दित्ती, उस वेले भाई मनी सिंह गुरु ग्रंथ साहिब दे ताबिया बैठे चौर साहिब कीता, ते जिहड़े पंज सिख मुखी सन उहनां विच बाबा दीप सिंह भी खड़े सन। इसे तर्हां धन महाराज सच्चे पातशाह दी कृपा दे नाल अज दमदमा साहिब सेवा कर रहे ने। महाराज ने आख्या बाणी पढ़ो ते पढ़ाओ, नाम जपो ते जपाओ। साहब कहिंदे आ कलम लो, इहदे नाल वध तों वध बाणी नूं तुसां लिखणा आ, प्रचार करना आ बाणी दा। बाबा दीप सिंह उस वेले सतसंग जी बाणी भाई लिखदे ने, चार स्वरूप गुरु ग्रंथ साहिब दे लिखे चार तख्तां ते भेजे। एक स्वरूप बाबा दीप सिंह ने लिखिया अरबी भाषा विच, क्योंकि बाबा जी अरबी ते फारसी दे बहुत वड्डे विद्वान सन। अरब देश विच अज भी उह स्वरूप पिया आ, अज भी सत्कार सहित उत्थे सांभिया होया है। बाबा दीप सिंह जिवें बाणी लिखदे ते नाले संथ्या करांदे, जिवें बाद दस्तूर अज भी टकसालां दे विच उह उसे तरह उसे ही प्रणाली उसे ही तरीके दे नाल संथ्या पढ़ाई जांदी है। आओ बाबा दीप सिंह जिवें संथ्या करा रहे ने सिंघां नूं, नाले शस्त्र विद्या सिखांदे ने, नाले घोड़सवारी सिखांदे ने, नाले नाम अभ्यास कराते ने, और नाले बाणी पढ़ते ते पढ़ाते ने। सुनियो ढाडी जथा बेनती हे इं करदा जी। सिंघासुरिया नूं संथिया करावे, दम दमे बैठ खा।
ਵਰਸਾਈਏ ਸਿੰਘਾਂ ਲਈ ਗੁਰੂ ਜੀ ਨੇ ਕਰਸੀਏ ਬਣਾਈਏ ਇੱਥੇ ਆ ਕੇ ਸਿੱਖ ਵਿਦਿਆ ਨੂੰ ਪਾਵੇ ਦਮ ਦੰਬੇ ਬੈਠ ਖਾਲਸਾ ਸਾਹਿਬਾਂ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਸੰਗਤਾਂ ਵੱਲੋਂ ਜਿੱਥੇ ਮਾਣ ਸਤਿਕਾਰ ਭੇਜਿਆ ਜਾ ਰਿਹਾ ਹੈ ਉੱਥੇ ਸਤਿਕਾਰਯੋਗ ਗੁਰੂ ਕੇ ਪਿਆਰੇ
ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰ ਰਹੇ ਨੇ ਕਿ ਸਤਿਕਾਰਯੋਗ ਗੁਰੂ ਕੇ ਪਿਆਰੇ ਨਰਾਇਣ ਸਿੰਘ ਜੀ ਚੌੜਾ ਜਿਨ੍ਹਾਂ ਨੇ ਪਾਪੀ ਬੇਨਤੀ ਦਾ ਸੋਧਾ ਲਾਇਆ ਸੀ ਉਸ ਗੁਰੂ ਕੇ ਮਹਾਨ ਵੀਰ ਸੂਰਬੀਰ ਬਹਾਦਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੰਮ੍ਰਿਤਸਰ ਦੀ ਜੇਲ੍ਹ ਵਿੱਚੋਂ ਜਿਹੜੇ ਨਜ਼ਰਬੰਦ ਨੇ ਉੱਥੋਂ ਰਿਹਾਈ ਪ੍ਰਾਪਤ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੇ ਅਰਦਾਸ ਕਰਨੀ ਅਤੇ ਸੰਤਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕੇ ਪਿਆਰੇ ਅਰਦਾਸ ਕਰਕੇ ਗਏ ਨੇ। ਮਹਾਰਾਜ ਬੇਅੰਤ ਮਾਇਆ ਭੇਜ ਗਏ ਨੇ, ਸਤਿਗੁਰੂ ਜੀ ਬਰਕਤਾਂ ਪਾਉਣ, ਚੜ੍ਹਦੀ ਕਲਾ ਗੁਰਸਿੱਖੀ ਜੀਵਨ ਹਰਮਦਾਨ ਹਰਦਵਾਨ ਫਤਿਹ ਬਖਸ਼ਿਸ਼ ਕਰਨ ਜੀ। ਦਮਦਮਾ ਸਾਹਿਬ ਦੀ ਧਰਤੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕੀ ਕਾਂਸੀ ਦਾ ਵਰ ਦਿੱਤਾ ਆ, ਔਰ ਬਚਨ ਕਹੇ ਨੇ ਕਿ ਘੱਟ ਬੁੱਧੀ ਵਾਲਾ ਵੀ ਜੇ ਇੱਥੇ ਸ਼ਰਧਾ ਸਹਿਤ ਆ ਕੇ ਇੱਥੇ ਅਰਦਾਸ ਕਰਾਏ ਔਰ ਗੁਰਬਾਣੀ ਦੀ ਪੈਂਤੀ ਲਿਖੇ, ਮੁਹਾਰਨੀ ਲਿਖੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਸ ਨੂੰ ਵੀ ਵਿਦਿਆ ਪ੍ਰਾਪਤ ਹੁੰਦੀ ਹੈ, ਉਹ ਵੀ ਬ੍ਰਹਮ ਗਿਆਨ ਦਾ ਵੀ ਅਧਿਕਾਰੀ ਬਣ ਜਾਂਦਾ ਜੇ ਮਹਾਰਾਜ ਦੀ ਕਿਰਪਾ ਵਰਤ ਜਾਵੇ। ਸੋ ਪਾਕ ਪਵਿੱਤਰ ਧਰਤੀ ਦਮਦਮਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਨੇ ਬਹੁਤ ਸਮੇਂ ਪ੍ਰਚਾਰ ਕੀਤਾ, ਜਿੱਥੇ ਨਾਮ ਵੀ ਜਪਿਆ, ਸਿਮਰਨ ਵੀ ਕੀਤਾ, ਇਹ ਬਾਬਾ ਦੀਪ ਸਿੰਘ ਉਹ ਮਹਾਨ ਹਸਤੀ ਹੈ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਹਰ ਇੱਕ ਮੁਹਿੰਮ ਦੇ ਵਿੱਚ ਖੰਡਾ ਖੜਕਾਇਆ। ਭਾਵੇਂ ਸਰਹੰਦ ਫਤਿਹ ਦੀ ਗੱਲ ਕਰੀਏ, ਸਢੋਰੇ ਫਤਿਹ ਦੀ ਗੱਲ ਕਰੀਏ, ਕਪੂਰੀ ਫਤਿਹ ਦੀ ਗੱਲ ਕਰੀਏ, ਸ਼ਾਹਬਾਦ ਫਤਿਹ ਦੀ ਗੱਲ ਕਰੀਏ, ਹਰ ਇੱਕ ਮੁਹਿੰਮ ਦੇ ਵਿੱਚ ਬਾਬਾ ਦੀਪ ਸਿੰਘ ਜੀ ਮੁੱਢਲੀ ਕਤਾਰ ਵਿੱਚ ਹੁੰਦੇ ਸਨ। ਔਰ ਜਿਸ ਵਕਤ ਕਪੂਰ ਸਿੰਘ ਨੂੰ ਨਵਾਬੀ ਮਿਲੀ, ਉਸ ਵਕਤ ਜਿਹੜੇ ਪੰਜ ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਉਹ ਨਵਾਬੀ ਦਾ ਦਸਤਾਵੇਜ਼ ਭਾਈ ਕਪੂਰ ਸਿੰਘ ਨੇ ਆਪਣੇ ਸਿਰ ਤੇ ਰੱਖਿਆ ਸੀ, ਉਹਨਾਂ ਪੰਜਾਂ ਸਿੰਘਾਂ ਵਿੱਚ ਬਾਬਾ ਦੀਪ ਸਿੰਘ ਵੀ ਸਨ। ਇਸੇ ਤਰ੍ਹਾਂ ਜਿਸ ਵੇਲੇ ਬੁੱਢੇ ਦਲ ਤੇ ਤਰਨਾ ਦਲ ਬਣਿਆ, ਉਸ ਤੋਂ ਉਪਰੰਤ ਤਰਨਾ ਦਲ ਦੇ ਪੰਜ ਜਥੇ ਬਣੇ, ਉਹਨਾਂ ਪੰਜ ਜਥੇ ਵਿੱਚ ਇੱਕ ਜਥਾ ਬਾਬਾ ਦੀਪ ਸਿੰਘ ਦਾ ਵੀ ਸੀਗਾ। ਜਦੋਂ ਮਿਸਲਾਂ ਦਾ ਦੌਰ ਆਇਆ, ਉਸ ਵੇਲੇ ਇੱਕ ਮਿਸਲ ਜਿਹਦਾ ਨਾਮ ਹੀ ਮਿਸਲ ਸ਼ਹੀਦਾਂ, ਉਹਦੇ ਜਥੇਦਾਰ ਬਾਬਾ ਦੀਪ ਸਿੰਘ ਬਣੇ। ਇਸੇ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਦਾ ਕਮਰ ਕਸਾ ਕਰਕੇ ਰੱਖਿਆ, ਨਾਲੇ ਬਾਣੀ ਪੜ੍ਹਦੇ ਤੇ ਨਾਲੇ ਸਦਾ ਮੈਦਾਨੇ ਜੰਗ ਵਿੱਚ ਜੂਝਣ ਵਾਸਤੇ ਤਿਆਰ ਰਹਿੰਦੇ, ਸੰਤ ਵੀ ਸਿਪਾਹੀ ਵੀ। ਇਹ ਗੁਰੂ ਕੇ ਸਿੱਖ ਨੂੰ ਮਹਾਰਾਜ ਨੇ ਇਹ ਦਾਤ ਦਿੱਤੀ ਹੈ, ਇਹ ਸੰਤ ਵੀ ਹੈ, ਇਹ ਸਿਪਾਹੀ ਵੀ ਹੈ। ਮੈਂ ਬੇਨਤੀ ਕਰਾਂ, ਇੱਕ ਵਾਰ ਕਹਿਣੀ ਹੈ, ਉਸ ਤੋਂ ਉਪਰੰਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਜੀਵਨ ਪ੍ਰਥਾ ਇਹ ਕਵਿਤਾ ਕਹਿਣੀ ਫਿਰ ਸਮਾਪਤੀ ਹੈ। ਸਤਸੰਗਤ ਜੀ, ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਪਾਪੀ ਅਹਿਮਦ ਸ਼ਾਹ ਅਬਦਾਲੀ, ਉਹਦੇ ਪੁੱਤਰ ਤੈਮੂਰ ਸ਼ਾਹ ਜਹਾਨ ਖਾਨ, ਜ਼ਬਰਦਸਤ ਖਾਨ, ਅਮਾਨ ਖਾਨ, ਜਮਾਲ ਖਾਨ, ਇਹ ਸਾਰਿਆਂ ਨੇ ਰਲ ਕੇ ਉਸ ਵੇਲੇ ਬਾਬਾ ਦੀਪ ਸਿੰਘ ਨੂੰ ਜਾ ਕੇ ਜਿਸ ਵੇਲੇ ਗੁਰੂ ਕੇ ਪਿਆਰਿਆਂ ਨੇ ਸਾਰਾ ਹਾਲ ਸੁਣਾਇਆ, ਤੇ ਸਿਆਣੇ ਕਹਿੰਦੇ ਨੇ, ਮੇਰੇ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਆ, ਉਹ ਸਿੱਖ ਨਹੀਂ ਜਿਹੜਾ ਗੁਰੂ ਦੀ ਬੇਅਦਬੀ ਝੱਲ ਜਾਵੇ, ਗੁਰੂ ਦੇ ਵਾਸਤੇ ਸਦਾ ਸਿਰ ਭੇਟਾ ਕਰਨਾ, ਇਹ ਸਿੱਖੀ ਦੀ ਆਪ ਤੋਂ ਰਹਿਤ ਮਰਿਆਦਾ ਰਹੀ ਹੈ, ਇਹ ਰਹੋ ਰੀਤ ਰਹੀ ਹੈ, ਸਦਾਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਸਿਰਫ ਗੁਰੂ ਸਾਹਿਬ ਨੂੰ ਭੇਟਾ ਕਰਨਾ, ਪਹਿਲਾਂ ਹੀ ਪ੍ਰਵਾਨਾ ਲਿਖ ਦੇ ਦਿੱਤਾ ਜਦੋਂ ਅੰਮ੍ਰਿਤ ਛਕਦੇ ਆ ਤੇ ਕਹਿੰਦੇ ਆ ਸਿਰ ਅੱਜ ਤੋਂ ਗੁਰੂ ਦਾ ਆ, ਜਦ ਕਦੇ ਵੀ ਲੋੜ ਪਈ ਮੈਂ ਉਸ ਨੂੰ ਪੰਥ ਵਾਸਤੇ ਵਾਰ ਦੇਵਾਂਗਾ, ਤੇ ਜਦ ਵੀ ਲੋੜ ਪਈ ਵਾਰੇ ਗੁਰੂ ਕੇ ਸਿੰਘਾਂ ਨੇ ਸਿਰ। ਜਿਸ ਵੇਲੇ ਜਾ ਕੇ ਪਤਾ ਲੱਗਿਆ ਬਾਬਾ ਦੀਪ ਸਿੰਘ ਨੂੰ ਕਿ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਹੈ, ਉਸ ਵੇਲੇ ਉਸ ਬਹਾਦਰ ਨੇ ਕਲਮ ਰੱਖੀ ਹੈ, ਬਾਣੀ ਲਿਖ ਰਹੇ ਸਨ, ਕਹਿੰਦੇ ਹੁਣ ਕਲਮ ਨਹੀਂ, ਹੁਣ ਤੇ ਤੇਗਾ ਨੇ ਜੇ ਬਰਸ਼ੇ ਚਲਾਉਣ ਦਾ ਟਾਈਮ ਹੈ, ਹੁਣ ਲੋੜ ਹੈ ਮੈਦਾਨੇ ਜੰਗ ਵਿੱਚ ਜੂਝਣ ਦੀ। ਔਰ ਯਾਦ ਰੱਖਿਓ, ਜਿਸ ਵੇਲੇ ਦਮਦਮੀ ਟਕਸਾਲ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਜਿਨ੍ਹਾਂ ਤੋਂ ਨਾਮ ਹੀ ਅੱਗੇ ਭਿੰਡਰਾਂ ਵਾਲਾ ਪਿਆ ਆ, ਜਿਸ ਵੇਲੇ ਸਾਧ ਸੰਗਤ ਜੀ ਸ਼ੇਰਪੁਰ ਸਮਾਗਮ ਦੇ ਵਿੱਚ ਗਏ ਨਾ, ਪਤਾ ਲੱਗਿਆ ਵੀ ਇੱਥੇ ਕਿਸੇ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਤੇ ਉੱਥੇ ਦੀ ਸੰਗਤਾਂ ਨੇ ਰਲ ਕੇ ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ 101 ਸ੍ਰੀ ਅਖੰਡ ਪਾਠ ਸਾਹਿਬ ਕੀਤੇ, ਬੇਅਦਬੀ ਹੋਈ, ਉਸ ਤੋਂ ਬਾਅਦ ਫਿਰ ਅਖੰਡ ਪਾਠ ਸਾਹਿਬ ਕੀਤੇ। ਜਿਸ ਵੇਲੇ ਸਟੇਜ ਤੇ ਮਹਾਂਪੁਰਖਾਂ ਨੇ ਪ੍ਰਵਚਨ ਕੀਤੇ, ਇਹ ਬੋਲ ਕਹੇ ਸਨ ਕਿ ਖਾਲਸਾ ਜੀ ਬਾਣੀ ਪੜ੍ਹਨਾ ਸਿੱਖ ਦਾ ਆਦਿ ਧਰਮ ਹੈ, ਇਹ ਬਾਣੀ ਪੜ੍ਹੇ ਜ਼ਰੂਰ, ਵੱਧ ਪੜ੍ਹੇ, ਜਿੰਨੀ ਜ਼ਿਆਦਾ ਹੋ ਸਕੇ ਉਨੀ ਪੜ੍ਹੇ, ਪਰ ਕਹਿੰਦੇ ਕੇਵਲ ਜੇ ਕਿਤੇ ਬੇਅਦਬੀ ਹੋਵੇ ਉਦੋਂ ਵੀ ਪਾਣੀ ਪੜ੍ਹ ਕੇ ਹੀ, ਕਹਿੰਦੇ ਕੰਮ ਸਰ ਜਾਏਗਾ, ਇਹ ਸਾਡਾ ਧਰਮ ਨਹੀਂ ਹੈ, ਹੁਣ ਸਾਡਾ ਧਰਮ ਹੈ ਖੰਡਾ ਖੜਕਾਣਾ, ਲੋੜ ਹੈ। ਕਹਿੰਦੇ ਮੈਨੂੰ ਇਸ ਗੱਲ ਦੀ ਬੜੀ ਫਿਕਰ ਹੈ, ਮੈਂ ਬੜਾ ਚਿੰਤਤ ਹਾਂ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਤੇ ਅਸੀਂ ਕੇਵਲ ਅਖੰਡ ਪਾਠ ਸਾਹਿਬ ਕਰਕੇ ਆਪਣਾ ਜਿਹੜਾ ਮਨ ਆਪਣਾ ਹੌਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਭਾਈ ਸੁੱਖਾ ਸਿੰਘ, ਮਹਤਾਬ ਸਿੰਘ ਵਰਗੇ ਬਹਾਦਰਾਂ ਦੀ ਕਮੀ ਹੈ ਕੌਮ ਦੇ ਵਿੱਚ, ਇਹ ਬਚਨ ਸਨ ਉਹਨਾਂ ਦੇ ਕਿ ਸਾਡਾ ਕੰਮ ਕੇਵਲ ਨਾਮ ਜਪਣਾ ਨਹੀਂ,
ਸਾਨੂੰ ਮਹਾਰਾਜ ਨੇ ਖੰਡੇ ਵੀ ਦਿੱਤੇ ਨੇ। ਸਤ ਸੰਗਤ ਜੀ, ਇਹ ਬਹਾਦਰਾਂ ਦੀ ਟਕਸਾਲ ਹੈ। ਯਾਦ ਆ ਜਾਂਦੇ ਨੇ ਬਚਨ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਨਾਂ ਚੱਲਦਾ। ਇੱਕ ਮੈਂ ਬੇਨਤੀ ਕਰਾਂ, ਉਹ ਕਿਸ ਮਹਾਨ ਵਿਰਾਸਤ ਦੇ ਮਾਲਕ ਸਨ, ਕਿਹੜੀਆਂ ਉਹਨਾਂ ਨੂੰ ਦਾਤਾਂ ਮਿਲੀਆਂ ਇਸ ਸੰਪਰਦਾ ਦੇ ਵਿੱਚ। ਜਹੇਦਾਰ ਦਇਆ ਸਿੰਘ ਵਰਗੇ ਮਹਾਂਪੁਰਖ ਔਰ ਬਾਬਾ ਸੰਤ ਸਿੰਘ ਵਰਗੇ ਮਹਾਂਪੁਰਖ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬਹੁਤ ਹੀ ਸੇਵਾ ਕਰਵਾਈ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਸੀ, ਇਸੇ ਤਰ੍ਹਾਂ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਲੱਖਾਂ ਹੀ ਸੰਗਤਾਂ ਨੂੰ ਅੰਮ੍ਰਿਤ ਛਕਾਇਆ, ਲੱਖਾਂ ਕੋਲੋਂ ਕੇਸ ਕਤਲ ਨਾ ਕਰਾਉਣ ਦੇ ਪ੍ਰਣ ਲਏ, ਸਿੱਖੀ ਦਾ ਪ੍ਰਚਾਰ ਕੀਤਾ, ਕਿੰਨੇ ਉਹ ਪਿਆਰੇ ਸਨ। ਜਿਸ ਵੇਲੇ ਸਤ ਸੰਗਤ ਜੀ ਮਹਾਂਪੁਰਖ ਜੋਤੀ ਜੋਤ ਸਮਾਏ ਨਾ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵਿਦਿਆਰਥੀਆਂ ਦਾ ਉਹਨਾਂ ਦੇ ਪ੍ਰਤੀ ਕਿੰਨਾ ਸਨੇਹ ਸੀ, ਕਿੰਨਾ ਉਹਨਾਂ ਦੇ ਪ੍ਰਤੀ ਸਤਿਕਾਰ ਸੀ, ਕਿ ਬਾਬਾ ਜੀ ਦਾ ਗਡਬਈ ਭਾਈ ਗੁਰਮੁਖ ਸਿੰਘ ਜੀ ਉੜੀਸਾ ਵਾਲਾ, ਜਿਹਦਾ ਜਿਹਨੂੰ ਉੜੀਸਾ ਕਹਿ ਕੇ ਸਤਿਕਾਰਦੇ ਸਨ। ਤੇ ਜਦੋਂ ਸਤ ਸੰਗਤ ਜੀ ਬਾਬਾ ਜੀ ਦੀ ਚਿਖਾ ਬਲ ਰਹੀ ਸੀ, ਉਸ ਨੇ ਬਾਬਾ ਜੀ ਦੀ ਚਿਖਾ ਦੀ ਪਰਿਕਰਮਾ ਕਰਕੇ ਔਰ ਆਪਣੇ ਬਰਾਗ ਨੂੰ ਆਪਣੇ ਅੰਦਰ ਦੇ ਵੇਗ ਨੂੰ ਉਹ ਨਾ ਰੋਕ ਪਾਇਆ ਤੇ ਛਾਲ ਮਾਰ ਕੇ ਬਾਬਿਆਂ ਦੇ ਨਾਲ ਹੀ ਜਿਹੜਾ ਉਸਨੇ ਆਪਣੇ ਆਤਮਦਾਹ ਕਰ ਦਿੱਤਾ, ਆਪਣੇ ਬਲਿਦਾਨ ਦੇ ਦਿੱਤਾ ਆਪਣਾ। ਤੇ ਸਤ ਸੰਗਤ ਜੀ ਜਦੋਂ ਉਹਨੂੰ ਕੱਢਣ ਲੱਗੇ ਤੇ ਉਹ ਰੁਕੇ ਨਾ, ਨਾ ਹਾਏ ਨਾ ਦੁਹਾਈ ਨਾ ਕਿਸੇ ਤਰ੍ਹਾਂ ਦਾ ਸੰਤਾਪ, ਉਹ ਕਹਿੰਦਾ ਮੈਨੂੰ ਮੇਰੇ ਪ੍ਰੀਤਮ ਦੇ ਨਾਲ ਜਾਣ ਦਿਓ। ਇਹ ਪਿਆਰ ਸੀ, ਅੱਜ ਵੀ ਚਾਹੀਦਾ ਆ ਜੇ ਇਹੋ ਜਿਹਾ ਪਿਆਰ ਆਪਣੇ ਉਸਤਾਦਾਂ ਪ੍ਰਤੀ ਹੋਵੇ ਤੇ ਬੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ, ਇਹ ਉਹਨਾਂ ਦੇ ਜੀਵਨ ਦੀ ਝਲਕ ਹੈ। ਇਸੇ ਤਰ੍ਹਾਂ ਯਾਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਜਿਹੜੇ ਮਹਾਨ ਵਿਦਵਾਨ ਔਰ ਮਹਾਨ ਨਿਰਤਕ ਬੁਲਾਰੇ, ਦਿੱਲੀ ਦੀ ਧਰਤੀ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਮਨਾਇਆ ਜਾ ਰਿਹਾ ਸੀ ਸ਼ਹੀਦੀ ਦਿਹਾੜਾ, ਤੇ ਉੱਥੇ ਜਿਸ ਵੇਲੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ ਤੇ ਸਟੇਜ ਤੇ ਖੜੇ ਜਿੰਨੇ ਸਨ ਬੈਠੇ ਸਨ, ਜਿੰਨੇ ਉਹ ਸਾਰੇ ਖਲੋ ਕੇ ਉਹਦੇ ਸਵਾਗਤ ਵਾਸਤੇ ਅੱਗੇ ਹੋਏ। ਤੇ ਜਦੋਂ ਸੰਤ ਜਰਨੈਲ ਜਿਸ ਵੇਲੇ ਸੰਤ ਗੁਰੂ ਕੇ ਪਿਆਰੇ ਕਰਤਾਰ ਸਿੰਘ ਜੀ ਬੋਲੇ, ਉਸ ਤੋਂ ਪਹਿਲਾਂ ਇੰਦਰਾ ਗਾਂਧੀ ਬੋਲੀ ਤੇ ਉਸ ਤੋਂ ਬਾਅਦ ਕਰਤਾਰ ਸਿੰਘ ਜੀ ਬੋਲੇ, ਉਹਨਾਂ ਇੱਕ ਗੱਲ ਕਹੀ, ਕਹਿੰਦੇ ਸਟੇਜ ਤੇ ਜਿੰਨੇ ਵੀ ਬੈਠੇ ਨੇ ਮੈਨੂੰ ਅੱਜ ਸਾਰਿਆਂ ਤੋਂ ਇਸ ਗੱਲ ਦੀ ਬਹੁਤ ਖੇਦ ਹੈ, ਮੈਨੂੰ ਇਸ ਗੱਲ ਤੋਂ ਬੜੀ ਚਿੰਤਾ ਆਵੇ, ਤੁਸੀਂ ਇੱਕ ਦੁਨਿਆਵੀ ਰਾਜੇ ਨੂੰ ਦੁਨਿਆਵੀ ਪ੍ਰਧਾਨ ਮੰਤਰੀ ਦੇ ਮਗਰ ਲੱਗ ਕੇ ਗੁਰੂ ਦੇ ਸਤਿਕਾਰ ਨੂੰ ਭੁੱਲ ਗਏ, ਤੁਹਾਨੂੰ ਨਹੀਂ ਸੀ ਚਾਹੀਦਾ। ਤੁਸੀਂ ਕਹਿੰਦੇ ਇੰਦਰਾ ਗਾਂਧੀ ਨੇ ਬੜੇ ਪਰਵਕਾਰ ਕੀਤੇ, ਕਿਹੜਾ ਪਰਵਕਾਰ ਕੀਤਾ, ਕਹਿੰਦੇ ਕੀ ਹੋਇਆ ਜੇ ਇਹਨੇ ਮੱਥਾ ਟੇਕਿਆ ਗੁਰੂ ਘਰ ਦੇ ਵਿੱਚ, ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ, ਇਹਨੂੰ ਯਾਦ ਹੋਣਾ ਚਾਹੀਦਾ ਜੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਨਾ ਦਿੰਦੇ ਤੇ ਦਿੱਲੀ ਦਾ ਇਹ ਤਖ਼ਤ ਕਿਸੇ ਹੋਰ ਦੇ ਹੱਥ ਹੋਣਾ ਸੀ। ਬਈ ਤਿਲਕ ਜੰਜੂ ਖਾਤਰ ਜੇਕਰ ਗੁਰੂ ਨੋਮਾ ਜਾ ਕੇ ਦਿੱਲੀ ਨਾ ਸ਼ਹੀਦ ਹੁੰਦਾ, ਬਲੀ ਚਾੜ ਕੇ ਚੌਹਾਈ ਪੁੱਤਰਾਂ ਦੀ ਜੇਕਰ ਖੁਸ਼ ਨਾ ਸੋਢੀ ਸੁਲਤਾਨ ਹੁੰਦਾ, ਸੰਗਤੇ ਦਿੱਲੀ ਦੇ ਤਖ਼ਤ ਤੇ ਅੱਜ ਵੀ ਰਾਜ ਕਰਦਾ ਕੋਈ ਯੱਕੜੀਆ ਖਾਨ ਹੁੰਦਾ, ਲਾਲ ਕਿਲੇ ਤੇ ਝੂਲਦਾ ਚੰਦ ਤਾਰਾ ਸਾਰਾ ਦੇਸ਼ ਹੀ ਪਾਕਿਸਤਾਨ ਹੁੰਦਾ। ਗੁਰੂ ਤੇਗ ਬਹਾਦਰ ਦਾ ਧੰਨਵਾਦੀ ਹੋਣਾ ਚਾਹੀਦਾ ਆ, ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਆ, ਉਹਨਾਂ ਦੇ ਘਰ ਨੂੰ ਛੱਡ ਕੇ ਉਹਨਾਂ ਦੇ ਦਰ ਨੂੰ ਛੱਡ ਕੇ ਤੁਸੀਂ ਹੋਰ ਕਿਸੇ ਦਾ ਸਤਿਕਾਰ ਕਰਦੇ ਹੋ, ਇਹ ਉਹਨਾਂ ਦੇ ਬੋਲ ਸਨ। ਤੇ ਜਿਸ ਵੇਲੇ ਗਿਆਨੀ ਜੈਲ ਸਿੰਘ ਨੂੰ ਉਹਨਾਂ ਨੇ ਆਖਿਆ, ਉਹਨਾਂ ਦੇ ਪੁੱਤਰ ਨੇ ਆਖਿਆ ਵੀ ਇਸ ਜਿਹੜਾ ਇਹ ਬਾਬਾ ਇਹਨੂੰ ਗ੍ਰਿਫਤਾਰ ਕਰੋ, ਇਹ ਬੜਾ ਬੋਲਦਾ ਹੈ। ਤੇ ਉਦੋਂ ਬਚਨ ਪਤਾ ਕੀ ਕਹੇ, ਕਿਉਂਕਿ ਗੁਰਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਨੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਪਿੱਠ ਪਿੱਛੇ ਦੁਨੀਆ ਬੋਲਦੀ ਹੈ, ਬਹੁਤ ਜ਼ੋਰ ਲਾ ਲਾ ਬੋਲਦੀ ਹੈ, ਪਰ ਮੂੰਹ ਤੇ ਕਹਿਣਾ ਕਿਸੇ ਮਰਦ ਦਾ ਕੰਮ ਹੋਇਆ ਕਰਦਾ ਆ। ਤੇ ਸਤ ਸੰਗਤ ਜੀ ਕਹਿੰਦੇ ਤੇ ਮਰਦਾਂ ਦੀ ਗੱਲ ਹੈ, ਇਹ ਤੇ ਇਹਨਾਂ ਦੇ ਮੂੰਹ ਤੇ ਇਹ ਸੱਚੋ ਸੱਚ ਬੋਲਦੇ ਨੇ, ਤੇ ਕਹਿੰਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ। ਕਹਿੰਦੇ ਜੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਘੱਟੋ ਘੱਟ 2-3 ਲੱਖ ਬੰਦਿਆਂ ਦਾ ਇੰਤਜ਼ਾਮ ਕਰ ਲਓ, ਇਹੋ ਜਿਹੀ ਜੇਲ੍ਹ ਤਿਆਰ ਕਰੋ ਜਿਹਦੇ ਵਿੱਚ 2-3 ਲੱਖ ਬੰਦੇ ਅੰਦਰ ਕੈਦ ਕੀਤੇ ਜਾ ਸਕਣ। ਇਹ ਇਕੱਲੇ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਅੰਦੋਲਨ ਆਰੰਭ ਹੋ ਜਾਏਗਾ, ਸਾਡੇ ਕੋਲ ਜੇਲ੍ਹਾਂ ਘੱਟ ਜਾਣਗੀਆਂ, ਇਹ ਉਹਨਾਂ ਦੇ ਬੋਲ ਸਨ, ਇਹੋ ਜਿਹੇ ਸੰਤ ਕਰਤਾਰ ਸਿੰਘ ਜੀ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮੈਂ ਬੇਨਤੀ ਕਰਾਂ, ਉਸ ਤੋਂ ਪਹਿਲਾਂ ਮੈਂ ਗੱਲ ਕਰਾਂ ਦਮਦਮਾ ਸਾਹਿਬ ਦੀ ਟਕਸਾਲ ਦੀ, ਜੋ ਪਹਿਲੇ ਜਥੇਦਾਰ ਨੇ ਜਥੇਦਾਰ ਬਾਬਾ ਦੀਪ ਸਿੰਘ ਜੀ, ਉਹਨਾਂ ਨੇ ਸਤ ਸੰਗਤ ਜੀ ਅੰਮ੍ਰਿਤ ਦਾ ਪ੍ਰਣ ਨਿਭਾਇਆ, ਇਹ ਅੰਮ੍ਰਿਤ ਹੈ, ਇਹ ਸਿਰ ਦੇ ਕੇ ਹੀ ਸਤ ਸੰਗਤ ਜੀ ਉਪਰੰਤ ਫੇਰ ਹੀ ਇਹਦੀ ਕੀਮਤ ਉਤਰਦੀ ਹੈ, ਉਸ ਤੋਂ ਪਹਿਲਾਂ ਉਤਰਦੀ ਨਹੀਂ। ਕਈਆਂ ਨੇ ਜਿਹੜਾ ਨਵਾਂ ਫੈਸ਼ਨ ਬਣਾਇਆ
मैं एक बीबी ने पूछा साडे इलाके विच वो बीबी अमर छह के आई 500 दिन लगातार गुरुद्वारे जाए रोज मत्था भी टेके टाइम नाल आके नितनेम भी आके हाजरी भरे 10 दिन लंघे ओदा कम थोड़ा घट गया 40 दिन बाद नजर ही नहीं आई। मैं पूछा माता जी हुण तुसीं आंदे नहीं गुरुद्वारे, उन्हें आख्या लै इह तो मेरा पूरा हो गया काम। बाबा जी आपने वचन किया सुनायो अपने इलाके की बोली थोड़ी जी, तां मैं सुना रहा, सुनियो ध्यान नाल। जो उन्हें आख्या मैं क्या माता हुण तू गुरुद्वारे नहीं आंदी, कहिंदी लाइव क्या करना गुरुद्वारे आके, मेरा तो अमृत पूरा हो गया। मां पूरा किस तरह हो गया? नुकाला मैं 40 दिन ते पगाई लिया अमृत, 40 दिन अमृत पगाया मैं। मैं क्या 40 दिन पगाया? कहिंदे होर 40 दिन का तो अमृत। मैं क्या लै जान दे 40 दिन दा अमृत केड़ा हुंदा आ? कहिंदे वे 40 दिन बाणी पढ़ लो अमृत दा प्रण निभ गया। नहीं 40 दिन नहीं, ये जन्मां जन्मांतरां दा रिश्ता सतसंग जी, ये सिर जावे ते जावे, मेरा सिखी सिदक ना जावे। ये 40-50 दिन की गल नहीं, कहीं मौके ते ही भैणा गुस्सा ना करियो। उत्थे पंज प्यारे कहिंदे भी नक्कां चो भी कन्न चो भी कढ दिओ वालियां कूके, ते पहलां दे कहिणगे निकलदे ही नहीं बाबा जी, ते जे औखे सौखे कढ देण ते बाहर आ के फेर पा लैंदे ने। किथे खड़े आ आपां? नहीं गल बणनी। इसे तरह वीर जिहड़े महाराज सच्चे पातशाह अमृत छकदे ने, उन्हां नूं बेनती आ त्यार पर त्यार मर्यादा निभाया करिए। मर्यादा जरूरी है साहिब, सच्चे पातशाह जी कहिंदे ने रहत प्यारी मुझको सिख प्यारा नहीं। रहत पहलां आ, जिहड़ा रहतमान है मेरे साहिब सच्चे पातशाह उत्ते कृपा करदे ने। विचार बाबा दीप सिंह पता लग्या कि श्री दरबार साहब की बेदबी हुई है, उस वेले दमदमा साहब की धरती तो उन्हें करके तैयारी पाए ने चाले, ते जिस वेले तरन तारण साहब पहुंचे ने उत्थे अरदास की धन गुरु अर्जुन देव महाराज के चरणा विच, साहिबा कृपा करियो आप दी रहमत बरते साहब सचे पातशाह जी, धन गुरु रामदास महाराज के पावन स्थान की बेदबी हुई है, ते गुरु की निंदा सुने ना कहन, भेटा संग करे कृपान, मैनू बल बख्शियो ताकत बख्शियो, सतगुरु के पावन चरणा च अरदास कर रहे ने साहिबा ये सिर मैं आपके चरणा च भेटा करना आ। धन गुरु रामदास सचे पातशाह जी मैनू उदों तक मौत ना आवे जदों तक मैं अपना सिर आपके चरणा च भेटा ना कर दिया, परिक्रमा तक ना पहुंच जावा। यह की अरदास, जदों अरदास की सत श्री अकाल दा छड्डिया जकारा, ते होणी नूं छिड़ गईआं साध संग जी कंबणी, उहनूं पै गिआ भै वी उह किहे जी अरदास की, अद तक ते किहे कीती नहीं। अर्जुन ने अरदास की सी कि अभिमन्यू की मौत का बदला लवांगा, जे ना लिया तो मैं भी बल की अग में सड़ जावांगा, पर दीप सिंह कहिंदा मैं तो उदों तक मरांगा ही नहीं जदों तक अपनी मंजिल ते ना पहुंच जावा। यह प्रण सी बाबा दीप सिंह दा, ते होणी कहिंदी मेरी हस्ती नूं वंगारन वाला कौन है तू, तैनू नहीं पता किड्डी वड्डी मेरी ताकत है, मैं काल मैं रावण वर्गे खाधे, मैं काल हाँ मैं हरणाक्ष वर्गे खाधे, मैं वड्डे वड्डे मैं नहीं कोई छड्डिया। ते दीप सिंह कहिंदा मैनू पता ही, रोज पढ़दे आ राम गयो रावण गयो जाको बहु परिवार, कहो नानक फिर कछ नहीं सुपने जो संसार। असी रोज पढ़दे आ साहिब दसवें पातशाह कहिंदे जल कहां थल कहां गगन के गौन कहां, काल के बनाए सब है काल ही चबाहेंगे। सानू पता है काल की हस्ती, सानू पता है तू केड्डी वड्डी ताकत है। मेरे साहिब बाणी विच कहिंदे ने बाबा दीप सिंह ने जिहदे नाल साध संगत दी शर्त लाई, वह होनी कोई आम नहीं सी, वह मौत कोई आम नहीं सी, उहदी ताकत नूं आप गुरु महाराज बाणी च कहिंदे ने। साहिब कहिंदे काल पाए ब्रह्मा बतरा, काल पाए शिव जीवा तरा, काल पाए कर बिशन प्रकाशा, सकल काल का किया तमाशा। साहिब कहिंदे काल ही पाए भयो भगवान, सो जागत या जग जा की कला है, काली पाए भयो ब्रह्मा शिव, काली पाए भयो जुगिया है, काली पाए सुरासुर गंधर्व, जच पजंग दे साहिब दिशा है, और सो काल सबा बस काल कै, एक ही काल अकाल सदा है, सारा जगत काल दा खाजा है। बाबा दीप सिंह कहिंदा मैं मनदा आ, पर तैनू एक गल दा नहीं पता कि जदों खंडे बाटे दा अमृत तैयार हुंदा उदों की भाणा वरतदा आ। कहिंदे बाटा आंदा आ, बाटे विच जल पांदे आ, पतासे पांदे आ, ते खंडा कमांदे आ, खंडा ते खंडे दा अर्थ की है? खंडे दा अर्थ है मौत। महान कोश पढ़ लो, कान सिंह नाभा ने खंडे दा अर्थ कीता है मौत, इहदे दोवें पासे तहार है। और दसवें पातशाह चंडी दी वार विच कहिंदे ने खंडा प्रथम है साज कै, जिन सब संसार उपाया, उपजे दानो देवते तिनंदर वाद रचाया, तई दुर्गा साज कै दैतां दा नाश कराया, तई तू ही बलराम लै नाल बाणा दै सिर कहाया, तई तू ही बल कृष्ण लै कंस के सी पकड़ गिराया, बड़े बड़े मुण देवते कई युग तिनी तन थाया, कि नहीं तेरा अंत ना पाया। काल की ताकत कोई छोटी नहीं,
पर कहिंदे काल नूं असी बाटे विच रगड़ के पीता आ, इस काल नूं असी पतासे विच पा ले ने, इस काल नूं असी पी ले आ, तां सानूं लोक कहिंदे ने अकाली, तां कहिंदे सानूं निहंग। ओए सिवास बंदी आत्मा दे सेवा कीती आ श्री निहंग बन के, कदी चरखड़ी ते कदे सूलियां ते कदे तीर ते कदे तूफंग बन के असी जम्मे, समा ते रूप चढ़िया सड़िए क्यों ना फिर पतंग बन के, मौत सुंदर सुहागण है खालसे दी रेंदी अंग बन के मरदी संग बन के। अमृत बख्श के पातशाह कहने लगे मेरा खालसा फौज अकाल दियो, हो कोई मौत नहीं इसनु मार सकदी, ऐसी अमर जिंदगी मेरे लाल दिए, हो जेड़ी हाथ फड़ाई मैं तेग दे, हो कोई बिजली नहीं एदे नाल दिए, इदे पैरा विच रुड़ दिया बादशाहियां ते दुनिया इस दी सरदारी नू पाल दिए। बाबा दीप सिंह ने होनी नूं आखिया इदां कर तू अपना काम कर, सानू अपना काम करन दे, मैनू पता तेरी बड़े तेरे विच बड़ी ताकत है, पर मैनू अपने ते माण नहीं, मैनू अपने ते हंकार नहीं, मैनू ते कीती अरदास ते भरोसा है, मैनू माण अपने गुरु तो है, माण करूं तो उपरे मेरे सतगुर पूरे पूरे गुरु दा जिन्हां नूं भरोसा है, मौत उन्हां नूं मार सकदी है नहीं मार सकदी, उहदे अकाली बन जांदे ने, काल तो रहत हो जांदे ने। बाबा दीप सिंह ने जिस वेले खिची घोड़े दीआं वाघां मारी एडी अकाल अकाल गजाउंदे होए पा दित्ते चाले, 10,000 सिंघां दा लै के जथा पहुंचने दरबार साहिब वल, और इधर वेखिया जिस वेले तैमूर शाह ने पता लग्या कि फौजां आ गईआं ने, और उन्हां दी कमांड एक 75 साल दा बजुर्ग बाबा दीप सिंह कर रहा है। बाणी कहिंदी गुरमुख बुढ़े कदे नहीं जिन अंतर सुरत ज्ञान, बुढ़ापा नहीं एक बड़ूपे बुढ़ेपे दे विच गुरु अमरदास जी ने आके सेवा आरंभ कीती, 60 साल दी उम्र विच सेवा करके सिख बन के विखाया, ते फिर 23 साल गुरु बन के फिर साध संग जी रहमतां वरताईयां, बुढ़ेपा किते भी नहीं गुरसिखां नूं। इसे तरह धन सतगुरु सतगुरु गुरु श्री गुरु हरकृष्ण साहिब महाराज जी छोटी उम्र दे विच ही गुरु बने ते रहमतां वरताईयां, इत्थे ना बचपन दा कोई चक्कर, इत्थे ना जवानी दा कोई किसे तरह दा नशा, ते ना बुढ़ेपे दा, मेरे सतगुरु सच्चे पातशाह कहिंदे इत्थे ते रहमतां वरतदियां ने, इत्थे ते अकाली बन जांदे ने, काल दा चक्कर ही कोई नहीं रह जांदा। बाबा दीप सिंह तैयार बर तैयार, इधर जहान खान ने आख्या कर लो तैयारी, 10,000 फौजी अपनी ते 30,000 बंदा होर जिहाद दे नां ते कीता उहने इकट्ठा, ते गोलवड़ दे मैदान दे विच कीती मोर्चे बंदी, उहनां तोपां भीड़ लईआं, उत्थे हैदरी झुल गए, उत्थे अली अली दे लगे नारे, आसमान गूंजिया धरती गूंजी सारे पासे, जिस वेले हैदरी निशान नजर आ रहे ने, इह 40,000 दा इकट्ठ है। इधर बाबा दीप सिंह जिस वेले 10,000 फौजां लै के आए ने, वेख्या दूर तक पापी नजर आ रहे ने, दूर तक उच्चे झंडे हैदरी नजर आ रहे ने, उस वेले हौसले बुलंद सन, तोले नहीं थड़के नहीं घबराए नहीं, बई टिड्डी दल वल वेख के सिंह कर दे, असी खालसे आ मरना जानदे आ, 1,25,000 नाल इक इक जात भिड़िए लाड़ी मौत नूं वरना जानदे आ, बाजा मारिया तेरी आसीस लै के असी वांग हिमालय कट जांगे, असी पंथ गुलाम नहीं होण देणा, भावें कट दे कट दे कट जांगे। बाबा दीप सिंह ने पढ़िया सब सूरा तो पहचानिया, जो लड़ा दीन के हेत, पुरजा पुरजा कट मरा कबू ना छड्डे खेत। बाबा दीप सिंह ने आख्या मारो पापियां नूं, लाओ सोधे, उन्हें तीर कीते सते, उन्हें छड्डे तीर, खिच खिच के छड्डे तीर, जिस वेले पापियां दे हिक्का नूं छाण के एक एक दो दो तीन चार पंज वीह तियां विच लंघे तीर, जिस वेले मची तरथली भई होके आमो सामने दलदोवे छुट्टे, उत्थे तीर त्याए रात दे चलिया तो छुट्टे, उत्थे हिक्का होइया छाननी कई मथे फुट्टे, कई लत के सिर धरा तो पर रह के फुट्टे, मैदाने तक भी तीर चले ने, जे चले बरछे चले पहला ते खंडे टके, मैदाने तक भी सिंह पे गरजदे ने, एक पासे अली अली एक पासे अकाल अकाल एक पासे हैदरी एक पासे काली झंडे झूल रहे ने, एक पासे जबरदस्त खान एक पासे बलवंत सिंह एक पासे बाबा नौत सिंह एक पासे पापियां दे जरनैल आ
ਗੁੱਥਮ ਉੱਥੋਂ ਰਹੇ ਨੇ ਕੋਈ ਤੇਗ ਨਾਲ ਕੋਈ ਠੰਡੇ ਨਾਲ ਕੋਈ ਤੀਰਾਂ ਤੋਂ ਦੂਰੋਂ ਹੀ ਵਾਰ ਪਏ ਕਰਦੇ ਨੇ ਜਦੋਂ ਯੋਧਿਆਂ ਦੇ ਵਾਰ ਇੱਕ ਦੂਜੇ ਦੇ ਤੀਰਾਂ ਨੂੰ ਤੀਰ ਪਏ ਕੱਟਦੇ ਨੇ ਉਸ ਵੇਲੇ ਵੇਖਿਆ ਭਖਦਾ ਮਦਾਨਾ ਮੈਦਾਨ ਉਸ ਵੇਲੇ ਅਮਾਨ ਖਾਨ ਜਹਾਨ ਖਾਨ ਦਾ ਲੈ ਕੇ ਇਸ਼ਾਰਾ ਬਾਬਾ ਦੀਪ ਸਿੰਘ ਦੇ ਆਇਆ ਸਾਹਮਣੇ ਉਹਨੇ ਆਖਿਆ ਬੁੱਢੇ ਐਵੇਂ ਕਾਹਨੂੰ ਬਗਾਨੇ ਪੁੱਤ ਮਰਵਾਣੇ ਜੇ ਤੈਨੂੰ ਲੜਨ ਦਾ ਇੰਨਾ ਚਾਹ ਕਰ ਦੋ ਹੱਥ ਮੇਰੇ ਨਾਲ ਬਾਬਾ ਜੀ ਕਹਿੰਦੇ ਵਾਹ ਬਹਾਦਰਾ ਚੱਲ ਪਹਿਲਾਂ ਵਾਰ ਤੈਨੂੰ ਕਰਨ ਦਾ ਮੌਕਾ ਦਿੰਦੇ ਆ ਦੋਵੇਂ ਮੈਦਾਨ ਵਿੱਚ ਆਮੋ ਸਾਹਮਣੇ ਪੈਦਲ ਹੀ ਹੋ ਕੇ ਵਾਰ ਕਰਦੇ ਨੇ ਜਿਸ ਵੇਲੇ ਅਮਾਨ ਖਾਨ ਨੇ ਇੱਕ ਵਾਰ ਕੀਤਾ ਖਾਲੀ ਗਿਆ ਦੂਜਾ ਕੀਤਾ ਬਾਬਾ ਜੀ ਨੇ ਢਾਲ ਤੇ ਲਿਆ ਤੀਜਾ ਕੀਤਾ ਉਹ ਵੀ ਢਾਲ ਤੇ ਲਿਆ ਤੇ ਬਾਬਾ ਜੀ ਨੇ ਵੇਖਿਆ ਹੁਣ ਪਸੀਨੇ ਨਾਲ ਪਾਣੀ ਪਾਣੀ ਹੋਇਆ ਅਮਾਨ ਖਾਨ ਤੇ ਬਾਬਾ ਜੀ ਕਹਿੰਦੇ ਓਏ ਕਰ ਲੈ ਹੁਣ ਪਰਲੋ ਦੇ ਤਿਆਰੀ ਕਰ ਲੈ ਹੁਣ ਨਰਕਾਂ ਦੀ ਤੈਨੂੰ ਟਿਕਟ ਪਏ ਦਿੰਦੇ ਆ ਕਰ ਲੈ ਤਿਆਰੀ ਆਪਣੀ ਮਨ ਦੀਆਂ ਰੀਝਾਂ ਕਿਤੇ ਮਨ ਵਿੱਚ ਨਾ ਰੱਖ ਲਈ ਜੇ ਹੋਰ ਵਾਰ ਕਰਨਾ ਤੇ ਕਰ ਲੈ ਪਰ ਇਹਨੇ ਆਖਿਆ ਨਾਲ ਹੀ ਮੇਰਾ ਵਾਰ ਵੀ ਆਉਂਦਾ ਇਹ ਵੀ ਸਭ ਲਈ ਬਾਬਾ ਦੀਪ ਸਿੰਘ ਨੇ ਪੜਿਆ ਸੰਸੂਰਾ ਚੋਂ ਪਹਿਚਾਨੀਆਂ ਜੋ ਲੈ ਦੀਨ ਕੇ ਪ੍ਰਜਾ ਕਟਮਰਾ ਕਬੂ ਨਾ ਛੱਡਿਆ ਖੇਤ ਬਾਬਾ ਜੀ ਨੇ ਪੜਿਆ ਕਖੰਡ ਬਿਹੰਡ ਖਲਦਾ ਖੰਡਗਾਂ ਟਲ ਮੰਡੰਗ ਦੇ ਲਖੰਡ ਤੋਟ ਪਟੰਡੰਗ ਜਵਾਨ ਮੰਡੰਗ ਪਹਾੜ ਪ੍ਰਭਾ ਸੁਖ ਸੰਤਾ ਕਰਨ ਦੁਰਮੰਦਨ ਕਿਲ ਖਾਨ ਹਸਰਣ ਜੈ 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 ਕਾਨ ਸ੍ਰੇਸ਼ਟੋ ਬਾਣ ਮਾਂ ਪ੍ਰਤ ਪਾਰਨ ਜੈ ਤੇਗੰਗ ਕਹਿ ਕੇ ਸੱਚੇ ਅਕਾਲ ਉਹਨਾਂ ਦੰਦ ਘਰੀਚੇ ਉਹਨਾਂ ਮੱਥੇ ਪਈਆਂ ਤੂੜੀਆਂ ਕਹਿ ਕੇ ਸੱਚੇ ਅਕਾਲ ਇੱਕ ਪਰਮਾਵਾਰ ਹੈ ਆ ਕਹਿੰਦਾ ਧਰਤੀ ਲਹੂ ਨਾ ਹੋ
डांडा मारिया अमार खां दी धौण ते मारिया अमार खां दी धौण ते पल भर ना बुलाता पाए झट पै गया दलां दे विच भाजड़ा ਸਿੱਖ ਕੌਮ ਮਰਜੀਵੜੇ ਯੋਧਿਆਂ ਦੀ ਇਹਦੇ ਤੌਰ ਕੁਝ ਵੱਖਰੇ ਢੰਗ ਦੇ ਨੇ ਲੋਕੀ ਭੀਖ ਮੰਗਦੇ ਰੱਬ ਤੋਂ ਜ਼ਿੰਦਗੀ ਦੀ ਜੂਝ ਮਰਨ ਦਾ ਵਾਰ ਇਹ ਮੰਗਦੇ ਨੇ ਅਣਖਿਨਾਂ ਦੀ ਜਿਹੜੇ ਵੰਗਾਰਦੇ ਨੇ ਉਹਨੂੰ ਢੰਗ ਦੇ ਵਾਂਗ ਭੁਜੰਗਦੇ ਨੇ ਵੈਰੀ ਤਾਂ ਹੀ ਦਿਖਾਉਂਦੇ ਦਿਨੇ ਤਾਰੇ ਜਦੋਂ ਜੂਝ ਦੇ ਵਿੱਚ ਜਾ ਜੰਗਦੇ ਨੇ ਜੇਕਰ ਅਣਖ ਨੂੰ ਕਦੇ ਵੰਗਾਰ ਪੈ ਜੇ ਸੀਸ ਦੇਣ ਤੋਂ ਜਰਾ ਨਾ ਸੰਗਦੇ ਨੇ ਇਹ ਸੰਤ ਸਿਪਾਹੀ ਨਿਰਦੋਸ ਸੂਰੇ ਰੱਤੇ ਹੋਏ ਨੇ ਨਾਮ ਦੇ ਰੰਗਦੇ ਨੇ ਬਾਬਾ ਦੀਪ ਸਿੰਘ ਤੇ ਅਮਾਨ ਖਾਨ ਦਾ ਸਾਂਝਾ ਵਾਰ ਹੋਇਆ ਦੋਵਾਂ ਦੇ ਸਿਰ ਲੈ ਗਏ ਅਮਾਨ ਖਾਨ ਤੇ ਉਸੇ ਵੇਲੇ ਚਾਲੇ ਪਾ ਗਿਆ ਪਰ ਬਾਬਾ ਦੀਪ ਸਿੰਘ ਦੇ ਸਰੀਰ ਵਿੱਚ ਅਜੇ ਪ੍ਰਾਣ ਸਨ ਤੇ ਹੋਣੀ ਨੇ ਬੋਲਾ ਮਾਰਿਆ ਵੀ ਅਜੇ ਤੇ ਯਾਰ ਮੰਦਰ ਬੜੀ ਦੂਰ ਹੈ ਤੂੰ ਤੇ ਕਹਿੰਦਾ ਸੀ ਪਰਕਰਮਾ ਵਿੱਚ ਸਿਰ ਭੇਟਾ ਕਰਨਾ ਮੈਂ ਤੈਨੂੰ ਪਹਿਲਾਂ ਹੀ ਲਟਾ ਦਿੱਤਾ ਮੰਨਦਾ ਆ ਮੇਰੀ ਤਾਕਤ ਨੂੰ ਤੇ ਅੱਗੋਂ ਬਾਬਾ ਜੀ ਦਾ ਜਵਾਬ ਸੀ ਕਹਿੰਦੇ ਕੀ ਹੋਇਆ ਜੇ ਸਿਰ ਲੈ ਗਿਆ ਪਰ ਗੁਰੂ ਦਾ ਪਿਆਰ ਅਜੇ ਹਿਰਦੇ ਵਿੱਚ ਹੈ ਤੇ ਗੁਰੂ ਦੀ ਕਿਰਪਾ ਮੈਨੂੰ ਅਰਦਾਸ ਤੇ ਭਰੋਸਾ ਤੇ ਸਤਸੰਗ ਜੀ ਧੜ ਉੱਠਿਆ ਖੱਬੇ ਹੱਥ ਦੇ ਉੱਤੇ ਸਿਰ ਟਿਕਾਇਆ ਤੇ ਸੱਜੇ ਹੱਥ ਦੇ ਵਿੱਚ ਫੜਿਆ ਇਹ ਖੰਡਾ ਮੈਦਾਨੇ ਜੰਗ 'ਚ ਜੂਝਦੇ ਹੋਏ ਜਾ ਰਹੇ ਨੇ ਤੇ ਵੈਰੀ ਵੇਖ ਕੇ ਘਬਰਾ ਗਏ ਵੀ ਤੇ ਮਰਨ ਤੋਂ ਬਾਅਦ ਵੀ ਨਹੀਂ ਮਰਦੇ ਸਿਰ ਵੱਢ ਦਿੱਤਾ ਇਸ ਤੋਂ ਬਾਅਦ ਹੋਰ ਕੀ ਕਰੀਏ ਸਿਰ ਵੱਢਣ ਤੋਂ ਬਾਅਦ ਵੀ ਨਹੀਂ ਹੈ ਤੇ ਮਰਦੇ ਕੀ ਕਰੀਏ ਇਹਨਾਂ ਦਾ ਉਹ ਡਰ ਕੇ ਭੱਜੇ ਤੇ ਇੱਕ ਵਿਦਵਾਨ ਕਹਿੰਦਾ ਵੀ ਕਿਸੇ ਪੁੱਛਿਆ ਵੀ ਦੱਸੋ ਤੁਹਾਡੀ ਕੀ ਬਹਾਦਰੀ ਹੈ ਕਹਿੰਦੇ ਜੀ ਸਾਨੂੰ ਕਹਿੰਦੇ ਮਰਹੱਟੇ ਕਹਿੰਦੇ ਕਿਉਂ ਕਹਿੰਦੇ ਕਹਿੰਦੇ ਮਰ ਕੇ ਹਟਦੇ ਆ ਮਰਨ ਤੋਂ ਪਹਿਲਾਂ ਨਹੀਂ ਹਟਦੇ ਆਪਣੇ ਟਾਰਗੇਟ ਵੱਲ ਵੱਧਦੇ ਜਾਂਦੇ ਆ ਆਪਣੀ ਮੰਜ਼ਿਲ ਵੱਲ ਵੱਧਦੇ ਜਾਂਦੇ ਆ ਮਰਨ ਤੋਂ ਪਹਿਲਾਂ ਹਟਦੇ ਨਹੀਂ ਤੇ ਕਿਸੇ ਆਖਿਆ ਸਰਦਾਰੋ ਤੁਹਾਨੂੰ ਤੁਹਾਡੀ ਕੀ ਬਹਾਦਰੀ ਹੈ ਤੁਸੀਂ ਸਿੰਘ ਖਾਲਸੇ ਅਖਵਾਉਂਦੇ ਹੋ ਉਹਨਾਂ ਜਵਾਬ ਦਿੱਤਾ ਓਏ ਸੁਣਨ ਵਾਲਿਆ ਧਿਆਨ ਨਾਲ ਸੁਣੀ ਕੀ ਕਹਿੰਦੇ ਅਸੀਂ ਮਰਹੱਟੇ ਨਹੀਂ ਜੋ ਮਰ ਕੇ ਹਟ ਜਾਈਏ ਅਸੀਂ ਤਾਂ ਮਰਨ ਤੋਂ ਬਾਅਦ ਵੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ ਰੱਖ ਕੇ ਤਲੀ ਤੇ ਸਿਰ ਲੜਦਾ ਖਾਲਸਾ ਵੈਰੀਆਂ ਦੀ ਅਲਖ ਮੁਕਾਉਂਦਾ ਆ ਛੇੜੇ ਕੰਬਣੀ ਮੌਤ ਨੂੰ ਆਪਣੀ ਆਈ ਤੇ ਜਦੋਂ ਆਉਂਦਾ ਆ ਮੌਤ ਵੀ ਡਰ ਗਈ ਇਹਨਾਂ ਨੂੰ ਨਹੀਂ ਕੋਈ ਮਾਰ ਸਕਦਾ ਇਹਨਾਂ ਨੇ ਅੰਮ੍ਰਿਤ ਛਕਿਆ ਆ ਔਰ ਗੁਰੂ ਦੇ ਚਰਨਾਂ ਦੇ ਕੀਤੀ ਅਰਦਾਸ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਓਏ ਪਿਆਰਿਓ ਆਪਾਂ ਕਹੀ ਦਿੰਦੇ ਸਾਡੀ ਅਰਦਾਸ ਪੂਰੀ ਨਹੀਂ ਹੋਈ ਕਿਉਂ ਨਹੀਂ ਹੋਈ ਫਿਰ ਉਲਾਣਾ ਕਹਿੰਦੇ ਮਹਾਰਾਜ ਕਹਿੰਦੇ ਪੂਰੀ ਨਹੀਂ ਹੁੰਦੀ ਪਰ ਇੱਕ ਛੋਟਾ ਜਿਹਾ ਅੱਖਰ ਹੈ ਜਿਹਦਾ ਭਾਵ ਬੜਾ ਗੂੜਾ ਉਹ ਛੱਡ ਦਿੰਦੇ ਹਾਂ ਅਸੀਂ ਉਹ ਹੈ ਜਨ ਜਨ ਸ਼ਬਦ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਜਨ ਸ਼ਬਦ ਵਿੱਚ ਲਿਆ ਆ ਤੇ ਜੇ ਤੇ ਆਪਾਂ ਜਨ ਬਣ ਕੇ ਅਰਦਾਸ ਕਰਦੇ ਹਾਂ ਫਿਰ ਤੇ ਨਹੀਂ ਸਾਡੀ ਅਰਦਾਸ ਕਦੇ ਖਾਲੀ ਜਾ ਸਕਦੀ ਪਰ ਜੇ ਆਪਾਂ ਉਪਰੋਂ ਅਰਦਾਸ ਕਰਦੇ ਹਾਂ ਫਿਰ ਉਲਾਣਾ ਨਾ ਗੁਰੂ ਨੂੰ ਦਿਓ ਸਾਡੇ ਆਪਣੇ ਕਰਮ ਨੇ ਫਿਰ ਸਤਿਗੁਰੂ ਜੀ ਮਿਹਰ ਕਰਨ ਬਾਬਾ ਦੀਪ ਸਿੰਘ ਜੀ ਪਹੁੰਚ ਗਏ ਆਪਣੀ ਮੰਜ਼ਿਲ ਤੇ ਗੁਰੂ ਚਰਨਾਂ ਵਿੱਚ ਸਿਰ ਰੱਖਿਆ ਪਰ ਕਰਮਾਂ ਵਿੱਚ ਸਿਰ ਰੱਖ ਕੇ ਕਹਿੰਦੇ ਸਹਿਬਾ ਸਤਿਗੁਰ ਆਪ ਗਏ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਪਾਵੇ ਇਹੋ ਜਿਹੇ ਸ਼ਰਧਾਲੂ ਦੁਨੀਆਂ ਵਿੱਚ ਸਤਸੰਗ ਜੀ ਹੋਰ ਨਹੀਂ ਕਿਤੇ ਆਪਾਂ ਵੀ ਦਰਬਾਰ ਸਾਹਿਬ ਜਾਂਦੇ ਹਾਂ ਕੋਈ ਉੱਥੇ ਫੁੱਲ ਚੜਾਉਂਦਾ ਆ ਕੋਈ ਪੈਸੇ ਕੋਈ ਡਾਲਰ ਕੋਈ ਪਾਉਂਡ ਚੜਾਉਂਦਾ ਆ ਕੋਈ ਸੋਨਾ ਕੋਈ ਚਾਂਦੀ ਚੜਾਉਂਦਾ ਆ ਧੰਨ ਨੇ ਗੁਰੂ ਕੇ ਪਿਆਰੇ ਬਾਬਾ ਦੀਪ ਸਿੰਘ ਜਿਨ੍ਹਾਂ ਨੂੰ ਇਸ ਧਰਤੀ ਨੇ ਜਨਮ ਦਿੱਤਾ ਦੁਨੀਆਂ ਵਿੱਚ ਇਹੋ ਜਿਹਾ ਕੌਣ ਸ਼ਰਧਾਲੂ ਹੋਵੇਗਾ ਜਿਹੜਾ ਗੁਰੂ ਚਰਨਾਂ ਵਿੱਚ ਸਿਰ ਭੇਟਾ ਕਰਦਾ ਹੋਵੇ ਸਿਰ ਭੇਟਾ ਕੀਤਾ ਬਾਬਾ ਦੀਪ ਸਿੰਘ ਨੇ 1757 ਈਸਵੀ ਅੰਦਰ ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਦੁਨੀਆਂ ਵਿੱਚ ਉਹ ਕਰ ਵਿਖਾਇਆ ਜੋ ਨਾ ਕਦੇ ਕਿਸੇ ਸੁਣਿਆ ਸੀ ਨਾ ਕਿਸੇ ਵੇਖਿਆ ਸੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਇਹ ਹੈ ਉਹਨਾਂ ਬਹਾਦਰਾਂ ਦੀ ਕਹਾਣੀ ਆਓ ਸਤਸੰਗ ਜੀ 5-7 ਮਿੰਟ ਹੋਰ ਆਪ ਸੰਗਤਾਂ ਦੇ ਲੈਣੇ ਉਪਰੰਤ ਸਮਾਪਤੀ ਹੈ ਇਸੇ ਹੀ ਜਥੇਬੰਦੀ ਦੇ ਇਸੇ ਹੀ ਟਕਸਾਲ ਦੇ
चौदवें जथेदार जेड़े सदा ही चढ़दी कला विच रहण वाले जेड़े महाराज के नाम विच रंगे होए बाणी ते बाणे दे धारनी बाणी भी जिन्हां कोल बाणा भी जेड़े संत भी जेड़े सिपाही भी जिन्हां ने गुरु नूं अपना सब कुछ समर्पित कर दिता जिन्हां दा जन्म रोडे की धरती ते होया पिता जोगिंदर सिंह माता निहाल कौर जी दे उधर तो 1947 विच ते जिन्हां ने 1964 ईस्वी आके टकसाल विच बाबा गुरबचन सिंह दे कोल आके विद्या ग्रहण करनी आरंभ की वह महान विद्वान वो महान सेवक जिन्हां ने आपा कमापा कोल कमाया मेरे सह सतगुर सच्चे पातशाह की कृपा दे नाल जिन्हां ने नाम रंग विच अपने चोले नूं रंगिया ते जिन के चोले रतड़े प्यारे कंत तना कै पास धूड़ ती ना की जे मिले जी कहो नानक की अरदास पर याद रखियो आपे साजे आपे रंगे आपे नदर करे नानक कामण कंता भावे आपे ही रावे इत आप महाराज जी कि कृपा कर देन ओ एहो जी रूह एहो जे नाम विच रंगे होए महापुरख जिन्हां ने बचपन तो ही बाणी नूं कंठ करना आरंभ कर दिता ते सियाने साध संग जी कहिंदे ने बाणी कंठ ते पैसा गंठ कामां दा या पुरातन मर्यादा रही अज भी टकसाल दे विद्यार्थी बाणी बाद तो बाद कंठ करदे ने ते साध संग जी जिन्हां दे बाणी कंठ है उन्हां नूं बाणी पढ़न दा आनंद ही वखरा आंदा आ किन्नी बाणी कंठ ते किन्ने 105 पाठ जपजी साहिब दे करने दे होर बेअंत बाणी पढ़नी नाले काम भी करना हाथ पाँव कर काम सब चीत निरंजन नाल पूर्ण तौर ते इन्हां बचनां नूं निभाया ते साध संग जी जदों जथेबंदी दी जिम्मे वारी मिली सेवा मिली ते साध संगत जी जथेदार बने जिस वेले 1977 विच संत ज्ञानी करतार सिंह जी भिंडरांवाले उन्हां दे सचखंड प्याने तो बाद जदों उन्हां नूं जथेदारी सौंपी गई ते उस वेले वड्डा भारा इकट्ठ सीगा बड़े संप्रदावां दे महापुरख पहुंचे हुए सन और लीडर साहिबान पहुंचे हुए सन पार्टियां दे उस वेले पंजाब दा मुख्यमंत्री बड़े चौड़ दे नाल कह रहा सी कि टकसाल दा असीं बड़ा माण सत्कार करदे आं सत्कारयोग टकसाल दे चौदवें मुखी बैठे ने कहिंदे असीं सत्कार भी करदे आं ते सेवा भाव भी रखदे आं कहिंदे मैं अज इस स्टेज ते ऐलान करदा आं जे कोई टकसाल नूं कुछ चाहीदा होवे ते सानूं दसे असीं दवांगे ते उस वेले महापुरखां ने की आखिया जदों बाद भी सारिआं दा धन्नवाद कीता कहिंदे इक मैं बेनती करां मुख्यमंत्री साहिब नूं इह कहिंदे भी टकसाल नूं कुछ चाहीदा है ते साडे तों मंगे ते मैं कहिंदा इन्हां नूं गल भी ये सरकारां दे 5-7 सालां दी खेड है ये उतलू पुतलू हुंदी रहिंदी है आउंदा रहिंदा परमेश्वर दे भाणे मुताबक उतार चढ़ाव पर यह जिहड़ी टकसाल है ना ये जथेबंदी आप गुरु गोबिंद सिंह महाराज ने थापी है इहदे कदे तेज प्रताप नहीं घटदा इहदा ते राज सदा बनासी है ते मैं हुणे कहिंदा आ जे कुछ मुख्यमंत्री साहिब नूं कुछ चाहीदा होवे ते साडे कोल मंगे हुणे हाजिर करदे आ इह जुरत है भरोसा है बिन तो दहोर जे मंगना सिर दुखा का दुख की मंग सकते हैं दुनियावी लोग ही दे सकते ने सानू माया माया तो पहला ही गुरु के प्यारे निर्लेप होंदे ने एक मैं बेनती करा सरकारां दी गुलामी वो लोग करते ने जेड़े माया विच गलतान होंदे ने जिन्हां दा शरीर जिन्हां दा मन माया विच जुड़िया होया है जिन्हां दा शरीर ते मन गुरु नाल जुड़िया होया है दुनियावी राजे महाराजां दी परवाह नहीं करते उन्हां नूं पता है कोई हर समान नहीं राजा ये भूपत सब दिवस चार के झूठे करत दिवाजा इन्हां दी कोई हस्ती नहीं उस दिन जकारियां दे नाल हौल गुंजिया ते पता लग गया कि ये कोई आम नहीं इन्होंने ते वड्डे कार्ज करने ने ते कहे आखिया जहेदार जी बाबा जी अपने परिवार बारे सोचो गरीबी बड़ी है तो उन्हें आख्या गरीबी गदा हमारी खन्ना सगल रेन छाड़ी तो सियागा को ना टिका बकारी कहिंदे फिर भी बच्चों बारे कुछ बना जो कहिंदे नहीं जिन्हां नूं बच्चों का जिन्हां नूं घर का ख्याल होवे वो पंथ का ख्याल नहीं रख सकते वो पंथ का ख्याल नहीं रख सकते तो सतसंग जी जदों मोर्चा लाया मोर्चा सतसंग जी जदों नकली निरंकारी कांड वापरिया तो सिंह ने आख्या हुण तगड़े हो जाओ हुण लोड़ है खंडा खड़कान की हुण केवल शांति दे नाल गल नहीं बननी हुण क्रांति की भी लोड़ है असी उन्हां बहादुरां दी वंशजा जिन्हां ने धर्मां ते आपा घोल कमाया आ उन्हां शहीदां दी रूह अज भी साडे अंदर है क्योंकि शहीद नहीं मरदे केवल म्यान मन बदलदा आ सियाणे कहिंदे ने सैंस दीआं नवीआं काढ़ां नाल समान बदलदे रहिंदे ने पैसे दे बुत पुजारी जो भगवान बदलदे रहिंदे ने एक थां ते पर्वत टिक जांदा हैवान बदलदे रहिंदे ने कायम रहिंदे सिदक गरीबां दे धनवान बदलदे रहिंदे ने जो डील लीडर जो लीडर
जो लीडर 420 होंगे दिते बयान बदलते रहेंगे ने एक शहीद की आत्मा मरती नहीं उतो म्यान बदलते रहेंगे ने वह शहीद मरे नहीं वह साढ़े बिचे ने बाबा दीप सिंह वर्गे बाबा गुरबख्श सिंह वर्गे वह महान योधे अज भी उन्होंने खून साड़ी रगां विच है कलगीधर सच्चे पातशाह दे असीं पोतां ते सानूं हुण तकड़े होना चाहीदा आ ते साध संगत जी जदों छड्डिया ना जकारा वह जकारा कविता गई लिखी है जकारा भिंडरां वालिआं ने छड्डिया जकारा सारा पंथ तैयार हो गया यह जकारा एक तैयार मुर तैयार रहण दिया एक सूचक है यह जकारा खालसे दे चढ़दी कला का प्रतीक है इस जकारे की तर ते साध संगत जी जिवें नौजवानों ने आके पंथ विच भर्ती होना कीता आ जिवें आपां घोल कमाण वास्ते कमर कसे कीते ने पंथ दी आन शान वास्ते अपने आप नूं कुरबान करन वास्ते जिवें पेश कीता यह उस निर्धक योधे की कोई करामाती बचना का प्रभाव सी जिन्हां दे बोलते हजारां नौजवान धर्म वास्ते कुरबान होने वास्ते आ जाते सन यह बोल सन क्योंकि बाणी उचरा साध जन अमे चले चलने वो कमाई वाले बचन सन मेरे बाबा जी उस्ताद ज्ञानी शेर सिंह जी कहिंदे ने कि जेड़े बोल असी मूँह तो बोलते हैं वो कन्ना तक जाते हैं जेड़े बोल बुद्धि तो बोलते हैं वो दूजे की बुद्धि तक जाते हैं उत्थे तर्क वितर्क है जेड़े बोल इतों निकलते हैं हिरदे विचों मन विचों दिल विचों निकलते हैं अगले दे दिल विच बढ़ जाते हैं अगले दे दिल विच बदल जाते हैं वो जीवन बदल दिया करते हैं बोल वो कमाई वाले बोल ते महापुरख संत जरनैल सिंह जी खालसा पिंडरां वाले भाई पिंडरां वाले शेर दा इस दुनिया में उन्हां दा कोई सानी नहीं पिंडरां वाले शेर दी कौन रीसा करू दलेर दी उहदे बोलां दे विच छगती जिहड़ी कई जन्मां दी भगती ढाडी पारस पैन है तेरा तू सच्चा आइडल मेरा वह संत जरनैल सिंह जी खालसा पिंडरां वाले जिन्हां दे जकारे नाल पंजाब गूंजिया हिंदुस्तान गूंजिया यह दुनिया गूंजी सर जमीन गूंजिया दुनिया में जिवें जकारे की गूंज दे नाल खालसे दे जिवें नगाड़े वजे ने जिवें खालसे तैयार वर तैयार नौजवान होए ने सुनियो ढाडी जथा बेनती कर रहा है ते नाल ही जकारे की आवाज के नाल आपने साथ देना जी पिंडरां वालिआं ने छड्डिया जकारा सारा पंथ तैयार हो गया
ਸਾਜ ਕੇ ਜਕਾਰੇ ਗਜਾਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਨ ਨੂੰ ਭਾਵੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਕੌਮ ਤਲਵਾਰ ਚੋਂ ਹੋਈ ਪੈਦਾ ਤੇਗਾਂ ਖਾਧੀਆਂ ਨੇ ਤੇਗਾਂ ਮਾਰੀਆਂ ਨੇ ਲਾਲ ਲਹੂ ਵਿੱਚ ਰੰਗ ਕੇ ਲਾਲ ਕੱਪੜੇ ਪਹਿਨ ਲਏ ਸ਼ਹੀਦ ਲਲਾਰੀਆਂ ਨੇ ਜਦ ਕਦੇ ਵੀ ਦੇਸ਼ ਤੇ ਪਈ ਬਿਫਤਾ ਜਾਨਾਂ ਵਾਰ ਨੇ ਕਰ ਕਰਵਾਰੀਆਂ ਨੇ ਪਰ ਜੀ ਇਹ ਸੌਖੀਆਂ ਨਹੀਂ ਮਿਲੀਆਂ ਸੀਸ ਵਾਰ ਕੇ ਲਈਆਂ ਸਰਦਾਰੀਆਂ ਨੇ ਇਹ ਸਰਦਾਰੀ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਕਰਕੇ ਸਾਨੂੰ ਦਵਾਈ ਹੈ ਤੇ ਆਪਾਂ ਅੱਜ ਬੜੇ ਮਾਣ ਨਾਲ ਕਹਿੰਦੇ ਅਸੀਂ ਸਰਦਾਰਾਂ ਦੇ ਪੁੱਤ ਹਾਂ ਇੱਕ ਮਿੰਟ ਦੀ ਬੇਨਤੀ ਕਰਕੇ ਨਾਲ ਹੀ ਸਮਾਪਤੀ ਆਨੰਦ ਸਾਹਿਬ ਉਸ ਤੋਂ ਉਪਰੰਤ ਅਰਦਾਸ ਹੋਣੀ ਹੈ ਸਤਿ ਸੰਗਤ ਜੀ ਕਈ ਜਿਹੜੇ ਕੇਸਾਂ ਦੀ ਬੇਅਦਬੀ ਕਰਾਉਂਦੇ ਨੇ ਨਾ ਉਹਨਾਂ ਨੂੰ ਇਸ ਗੱਲ 'ਤੇ ਮਾਣ ਹੈ ਵੀ ਅਸੀਂ ਸਰਦਾਰਾਂ ਦੇ ਪੁੱਤ ਹਾਂ ਉਹ ਵੀ ਆਪਣੇ ਮੋਟਰਸਾਈਕਲ ਦੇ ਪਿੱਛੇ ਲਿਖਦੇ ਨੇ ਪੁੱਤ ਸਰਦਾਰਾਂ ਦੇ ਗੱਡੀਆਂ ਦੇ ਪਿੱਛੇ ਲਿਖਦੇ ਪੁੱਤ ਸਰਦਾਰਾਂ ਦੇ ਮੈਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਇੰਨਾ ਕੁ ਤਾਂ ਇਹਨਾਂ ਨੂੰ ਮਾਣ ਹੈ ਵੀ ਅਸੀਂ ਸਰਦਾਰਾਂ ਦੇ ਪੁੱਤ ਹਾਂ ਪਰ ਮੈਂ ਇੱਕ ਨੌਜਵਾਨ ਨੂੰ ਪੁੱਛਿਆ ਵੀਰਾ ਇੱਕ ਗੱਲ 'ਤੇ ਦੱਸ ਤੂੰ ਤਾਂ ਲਿਖ ਲਿਆ ਪੁੱਤ ਸਰਦਾਰਾਂ ਦੇ ਅਤੇ ਪੜ੍ਹਨ ਵਾਲਾ ਸਮਝ ਜਾਏਗਾ ਭਾਵੇਂ ਆਪ ਇਹ ਸਰਦਾਰ ਨਹੀਂ ਇਹਦਾ ਪਿਓ ਸਰਦਾਰ ਹੋਏਗਾ ਤਾਂ ਹੀ ਲਿਖਿਆ ਪੁੱਤ ਸਰਦਾਰਾਂ ਦੇ ਕਹਿੰਦੇ ਹਾਂਜੀ ਮੇਰਾ ਪਿਓ ਸਰਦਾਰ ਹੈ ਪਰ ਤੇਰੇ ਪੁੱਤ ਕੀ ਲਿਖਣਗੇ ਇਹ ਤਾਂ ਜਵਾਬ ਦੇ ਮੈਨੂੰ ਤੇਰੇ ਪੁੱਤ ਕੀ ਲਿਖਣਗੇ ਉਹ ਕਿਵੇਂ ਕਹਿਣਗੇ ਪੁੱਤ ਸਰਦਾਰਾਂ ਦੇ ਕਿਉਂਕਿ ਤੂੰ ਤਾਂ ਸਰਦਾਰ ਹੈ ਹੀ ਨਹੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ
जे अपने वास्ते नहीं अपने बच्चों के भविख वास्ते सिखी दे नाल जुड़िए बाणी ते बाणी दे धारनी बनीए नाम सिमरन सेवा ये महाराज सच्चे पातशाह की कृपा के साधन ने सतगुरु सच्चे पातशाह जी मेहर कर सारिया संगतान का धन्यवाद आप सारिया संगतान ने बहुत प्यार सत्कार बख्शा है एडी वड्डी स्टेज जिथे एडे वड्डे वड्डे बुलारे गुरु के प्यारे भाई बलबीर सिंह जी वर्गे भाई दलजीत सिंह जी वर्गे बोल के गए दास नहीं इन्ने योगा कि आप संगतान के रूबरू हो सके पर आप महाराज सच्चे पातशाह जी बल बख्शिया बेअंत भुला हुई हो संगतान ने और धन गुरु ग्रंथ साहब महाराज सच्चे पातशाह ने बख्शना जी सतगुरु सच्चे पातशाह जी मेहर कर बेनती करा जिथे संगत प्रबंधक ते प्रचारक ये तीन श्रेणियां एक सुर हो जांदियां ने ना उत्थे पंथ की चढ़दी कला हुंदी है जिथे संगत आखे संगत कहे भी लंगर विच की बनाया आ ये ध्यान ही रहे भी लंगर विच की बनाया आ और प्रबंधक कहन गोलक विच की पाया आ और प्रचारक कहन लिफाफे विच की पाया आ उत्थे भला नहीं हुंदा पंथ दा पंथ दा भला उत्थे हुंदा है जिथे संगत कहे भी सुनी जाइए होर प्रचार होर कथा होर कीर्तन ते जिथे बलो बोलण वाला भी टाइम ना वेखे ते महाराज की कृपा दे नाल सतगुरु की रहमत भी वरत दे प्रबंधक भी पूरा सहयोग देण उत्थे आनंद ही वरत जांदा आ सो सतगुरु जी मेहर करन आ सारिया संगतां वालों बेअंत मान सत्कार माया के रूप में आया है कीर्तन भेट आई है सारिया का धन्यवाद सतगुरु गुरु ग्रंथ साहिब महाराज का बारंबार धन्यवाद सत्कारयोग बाबा बलबीर सिंह जी यूके वाले जिन्होंने कैनेडा की धरती से भी बड़ा दसरिया माण सत्कार बख्शिया बड़ा प्यार दिता उन्हों का बहुत धन्यवाद आप संगतां दर्शन कराए समूह आस्ट्रेलिया दी संगतां यूके दी संगतां जिन्हां ने ये बहुत वड्डा उद्यम किया है और आप संगतां दा सारियां दा बहुत बहुत धन्यवाद साउंड वाले वीर जी का और जेडे लाइव टैलीकास्ट विखा रहे ने सारे मूवी वाले वीर दा वीडियो जेडे कर रहे ने उन्हां दा धन्यवाद महाराज दा एक बार फिर बहुत बहुत धन्यवाद आओ जी आनंद साहब पढ़िए ये आनंद साहब साडा मुढ़ला जिहड़ा साडे जीवन का सिद्धांत है भावें खुशी होवे गमी होवे असीं आनंद साहब पढ़ते हाँ डॉक्टर राजेंद्र प्रसाद उन्हें गल कही सी जिहड़े राष्ट्रपति रहे हिंदुस्तान के उन्हें आख्या दुनिया में एको एक ऐसी कौम है जिहड़ी गमी ते खुशी में एको तरह का वर्तारा वरतांदी है वह है केवल सिख कौम जे बच्चे का जन्म होवे उदों भी आनंद साहब पढ़ के गुरु का शुकराना किया जाता है जे कोई भाणा वरदे कोई चढ़ाई कर दे जी तो उदों भी फिर आनंद साहब ही पढ़िया जाता है आनंद साडे जीवन का सत संग जी आधार है आओ आनंद पढ़िए आनंद लईए सतगुरु सच्चे पातशाह के पावन चरणों में फिर सरबत के भले की पंथ की चढ़ती कला की अरदास होएगी सारिया संगतान ने नाल साथ देना ढाडी सिंह साजा नाल पढ़नगे आप संगतान के नाल साथ देना जी आओ जी Oh
ਕਿਛ ਹੈ ਜਿਸ ਦੇ ਹੈ ਸੋ ਪਾਵੇ ਫਤਿਹ।